ਭੁੱਖ ਲੱਗੀ ਹੋਵੇ ਤੇ ਖਸਮ ਹੀ ਖਾ ਜਾਂਦੀ ਹੈ। ਬਹੁਤੀ ਭੁੱਖ ਲੱਗੀ ਹੋਵੇ ਕਦਾ ਬੱਚਾ ਵੀ ਚੱਪ ਜਾਂਦੀ ਹੈ। ਇਹ ਕੀ ਕਹਿ ਰਹੇ ਹੋ ਜਾਨੂ? ਕਿੰਨੇ ਸਾਲ ਹੋ ਗਏ ਨੇ ਤੇਰੇ ਮਗਰ ਲੱਗੇ ਜੀ। ਕਿਉਂ ਨਹੀਂ ਮੇਰੀ ਗੱਲ ਮੰਨਦੀ? ਕਿਹੜੀ? ਕਿਉਂ ਨਹੀਂ ਮੇਰੀ ਗੱਲ ਮੰਨਦੀ? ਕਿੰਨੇ ਸਾਲਾਂ ਤੋਂ ਤੇਰੇ ਮਗਰ ਲੱਗੇ ਆ, ਤੇਰੇ ਹੱਥਾਂ 'ਚ ਜੰਮੇ ਪਲੇ ਆ। ਕੀ ਕਹਿੰਦੇ ਹੋ? ਅਬ ਤੋ ਮਾਨ ਜਾਓ ਦੋ ਸ਼ੀਸ਼ਾ। ਨਹੀਂ ਮੈਂ ਨਹੀਂ ਬੋਲਦੀ ਤੁਹਾਡੇ ਨਾਲ, ਬਸ ਮੈਂ ਤੁਹਾਨੂੰ ਕਹਿ। ਕਿਉਂ ਨਹੀਂ ਬੋਲਦੀ ਮੇਰੇ ਨਾਲ? ਮੈਂ ਤੁਹਾਡੇ ਵੱਲ ਨਹੀਂ ਵੇਖਣਾ। ਮੈਂ ਜਵਾਨੀ ਦਾ ਤੇਰੇ ਮਗਰ ਲੱਗਾ? ਹਾਏ ਜਵਾਨੀ ਦਾ ਇਸ਼ਕ ਵੀ ਕੀ ਸੁਣਦਾ। ਖੂਨ ਦੇ ਨਾਲ ਤੈਨੂੰ ਖਤ ਲਿਖਣਾ, ਹੁਣ ਉਹੀ ਖੂਨ ਕਢਾ ਕੇ ਸ਼ੂਗਰ ਚੈੱਕ ਕਰਾਈ ਦੀ। ਕੀ ਜਵਾਨੀ ਦਾ ਇਸ਼ਕ ਹੁੰਦਾ, ਗੱਲਾਂ ਹੋ ਰਹੀਆਂ ਹੁੰਦੀਆਂ ਨੇ। ਜਾਨੂ ਬਾਰਿਸ਼ ਆਉਣ ਵਾਲੀ ਹੈ, ਕਿਆ ਕਰੇ, ਇਹ ਚਲੋ ਆਮ ਚੂਪਤੇ ਹੈ ਹੁਣ ਸਾਡਾ ਇਸ਼ਕ। ਜਾਨੂ ਬਾਰਿਸ਼ ਆਉਣ ਵਾਲੀ ਹੈ, ਕਿਆ ਕਰੇ, ਉਹ ਪਹਿਲੇ ਮੰਜੀਆਂ ਤੇ ਅੰਦਰ ਕਰ ਲਾ। ਕਿਉਂ ਮੇਰੀ ਬਾਪ? ਆਏ ਕੰਧਾਂ ਟੱਪ ਟੱਪ ਕੇ ਤੈਨੂੰ ਮਿਲਣ ਆਉਂਦਾ ਸਾਂ, ਹੁਣ ਨਾਲੀ ਵੀ ਟੱਪੀ ਜਾਂਦੀ। ਕਬ ਮੇਰੀ ਬਾਤ ਮਾਨੋਗੀ? ਮੁਝੇ ਕਿਉਂ ਨਹੀਂ ਦੇਖ ਰਹੀ? ਨਹੀਂ ਮੈਂ ਨਹੀਂ ਦੇਖਣਾ। ਹਾਏ ਮੈਂ ਵੇਖਾਂ ਮੇਰਾ ਯਾਰ ਨਾ ਵੇਖੇ, ਜੇ ਮੈਂ ਨਾ ਵੇਖਾਂ ਤੇ ਉਹ ਵੇਖੇ। ਮੈਂ ਵੇਖਾਂ ਮੇਰਾ ਯਾਰ ਨਾ ਵੇਖੇ, ਜੇ ਮੈਂ ਨਾ ਵੇਖਾਂ ਤੇ ਉਹ ਵੇਖੇ। ਐਸੇ ਲੇਖ ਕਦੋਂ ਮੈਂ ਡਸੀਵਾਂ, ਸੁਣ ਵਿੱਚ ਵੇਖਾਂ ਤੇ ਵੇਖੇ। ਯਾਰ ਤੇ ਤੇਰੇ ਅੰਦਰ ਵਸੇ, ਤੈਨੂੰ ਐਵੇਂ ਪੈਣ ਭੁਲੇਖੇ। ਯਾਰ ਤੇ ਤੇਰੇ ਅੰਦਰ ਵਸੇ, ਤੈਨੂੰ ਐਵੇਂ ਪੈਣ ਭੁਲੇਖੇ। ਤੇ ਯਾਰ ਫਰੀਦਾ ਤੇ ਦਰ ਮਰੀਏ, ਭਾਵੇਂ ਵੇਖੇ ਜਾਂ ਨਾ ਵੇਖੇ। ਹੁਣ ਤਾਂ ਦੇਖ ਲੈ ਇਧਰ। ਦੇਖ ਲੈਨੀ ਆ, ਮੈਨੂੰ ਇਹ ਦੱਸੋ ਅੱਜ ਮੈਂ ਕੈਸੀ ਲੱਗ ਰਹੀ ਆ? ਹਾਏ ਲੱਗਦਾ ਖੁਸਰਾ ਮੁਰੰਮਤ ਹੋਇਆ। ਮੇਰੀ ਤਾਰੀਫ ਕਰਨੀ ਹੈ? ਤਾਰੀਫ ਕਰਨੀ ਜਰਾ ਚੱਲ ਕੇ ਦਿਖਾ। ਐ ਲੈ ਦੇਖੋ। ਹਾਏ ਹਾਏ ਸੂਰ ਸਰਕਸ ਕਰਨ ਡਿਆ। ਮੈਂ ਨਹੀਂ ਬੋਲਦੀ। ਕਿਉਂ ਨਹੀਂ ਬੋਲਦੀ? ਕਿਉਂ ਨਹੀਂ ਬੋਲਦੀ? ਬੋਲਦੀ ਤੂੰ ਮੈਨੂੰ ਬੋਲ। ਖੁਸਰਾ ਪਾਗਲ ਹੋ ਗਿਆ, ਕੀ ਕਰੀਏ ਕੀ ਤੁਸੀਂ ਕੀ ਕਰਨਾ? ਮੇਰੀ ਅੱਖੋਂ ਮੈਂ ਆਖੇ ਡਾਲੋ, ਅੱਖਾਂ ਚ ਅੱਖਾਂ ਪਾ, ਮੈਨੂੰ ਮੁਸੀਬਤ ਨਾ ਪਾ। ਸੋਹਰੇ ਪਿੱਛੇ ਲੁਕ ਜਾ, ਬੜਾ ਬਦਤਮੀਜ਼ ਲੁਕ ਜਾ ਸੋਹਰੇ ਪਿੱਛੇ। ਕਿਹੜਾ ਬੰਦਾ ਬਗੈਰਤੀ ਕਰਦਾ ਪਿਆ? ਤੁਸੀਂ ਕੀ ਸਮਝਦੇ ਹੋ ਮਫਰੂਰ ਸੁੱਤਾ ਹੈ? ਇੱਥੇ ਕੀ ਕਰ ਰਹੀ ਹੈ ਨੀ ਪਿਸ਼ਤੀਏ? ਤੇਰੀ ਮਾਲਕਾ ਨਾ ਮੈਂ। ਤੂੰ ਭਾਵੇਂ ਮੇਰੀ ਮਾਲਕਾ ਨੇ ਕਿੰਦੇ ਨਾਲ ਫਸੀ ਪਈ ਏ? ਓਏ ਕਿੰਦੇ ਨਾਲ ਮਦਲੀ ਫਤੇ ਤੂੰ ਮਾਮਾ ਲੱਗਣਾ? ਇਹ ਕੋਈ ਬੁੱਢਾ ਆਸ਼ਕ ਲੱਗਦਾ ਮੈਨੂੰ। ਕਿਹਦੇ ਨਾਲ ਫਸੀ ਪਈ ਏ ਜਵਾਬ ਦੇ। ਕਿੰਦੇ ਨਾਲ ਫਸੀ ਪਈ ਏ? ਸਾਹਿਵਾਲ ਦੀ ਏ ਛੋਟੀਏ, ਕਿੰਦੇ ਨਾਲ ਫਸੀ ਪਈ ਆ ਮੈਨੂੰ ਫਟਾਫਟ ਦੱਸ ਦੇ। ਇਹ ਮੇਰੀ ਆਵਾਜ਼ ਖਰਾਬ ਹੋ ਗਈ ਹੈ, ਇਸ ਲਈ ਮੈਂ ਬੋਲਦਾ ਬੋਲਦਾ ਬੋਲਦੀ ਹੈ। ਹੈ ਮਾ 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 ਤੇਰੀ ਆਵਾਜ਼ ਖਰਾਬ ਹੋ ਗਈ? ਹਾਂ। ਐਡੀ ਤੂੰ ਸ਼ਾਦੀਆ ਖੁਸ਼ਕ ਦੀ ਬੈਣ ਕੌਸਰ ਥਿੰਦੀ ਹੈ। ਐਡੀ ਤੂੰ ਗੁਲੂਕਾਰ ਠਹਿਰੀ ਹੈ ਤੇ ਕਿੰਦੇ ਨਾਲ ਫਸੀ ਪਈ ਹੈ? ਬਸ ਬੰਦ ਕਰ, ਦਫਾ ਹੋ ਜਾਂਦਾ। ਦਫਾ ਹੋ ਜਾ ਸਲੀਲ ਕਟਿਆ ਆਦਮੀ। ਦਫਾ ਆਪਣੇ ਖਸ ਪਰ ਤੇ ਘਟਾ। ਏਡੀ ਤਿਆਰ ਹੋਈ ਫਿਰਨੀ, ਸਾਫ ਤੈਨੂੰ ਵੇਚਣ ਤੇ ਨੀ ਲੱਗਾ।
ਇਹਦੀ ਤਿਆਰ ਤਾਂ ਤੂੰ ਕਦੀ ਵੀ ਨਹੀਂ ਹੋਈ ਮੇਰਾ ਖਿਆਲ ਹੈ ਕਿ ਸਾਹਿਬ ਦੀ ਆਵਾਜ਼ ਹੀ ਹੈ ਹਾਂ ਕੋਈ ਐਸੀ ਗੱਲ ਨਹੀਂ ਮੈਂ ਚੈੱਕ ਕਰ ਲੈਣਾ ਅਗਰ ਸਾਹਿਬ ਹੋਇਆ ਤਾਂ ਠੀਕ ਹੈ ਨਾ ਹੋਇਆ ਤਾਂ ਤੂੰ ਫਸੀ ਪਈ ਹੈ ਨਹੀਂ ਮੈਂ ਤੈਨੂੰ ਦੱਸ ਸਕਾਂ ਮੈਂ ਚੈੱਕ ਕਰ ਲੈਣਾ ਐਸੀ ਗੱਲ ਨਹੀਂ ਕਰੀ ਜੀ ਨਹੀਂ ਪਾਗਲਖਾਨਾ ਨਾ ਹੋਵੇ ਕੀ ਮੁਸੀਬਤ ਪੈ ਗਈ ਮੇਰੀ ਜਾਨ ਨੂੰ ਕਦੋਂ ਤੱਕ ਤੇਰੇ ਸੇ ਲੁਕ ਲੁਕ ਕੇ ਮਿਲਦੇ ਰਵਾਂਗੇ ਆਖਰ ਕਦੋਂ ਤੂੰ ਤਲਾਕ ਲਵੇਂਗੀ ਹੈ ਕਦੋਂ ਸਾਡੀਆਂ ਸ਼ਾਦੀਆਂ ਹੋਣਗੀਆਂ ਚੌਥੀਆਂ ਪੰਜਵੀਆਂ ਨਾ ਇੰਜ ਕਰਿਆ ਕਰੋ ਤੁਹਾਨੂੰ ਕੀ ਹੋ ਗਿਆ ਮੇਰਾ ਦਿਲ ਧੜਕ ਰਿਹਾ ਜੇ ਓਏ ਕਿਹੜਾ ਥੱਲੇ ਓਏ ਕੀ ਹੋਣ ਡਿਆ ਥੱਲੇ ਮੈਂ ਦੱਸਾਂ ਇਹ ਕੁਛ ਨਹੀਂ ਜਾਨੂ ਇਹ ਕਿਹੜਾ ਥੱਲੇ ਮੋਜਾਂ ਲੁੱਟਣ ਡਿਆ ਕੌਣ ਆ ਥੱਲੇ ਹੈ ਹੈ ਕੌਣ ਇਹ ਹੋਣ ਕੀ ਡਿਆ ਕੁਝ ਵੀ ਨਹੀਂ ਮੈਂ ਕੱਢ ਇੱਥੇ ਕੋ ਬੰਦਾ ਹੋਣ ਕੀ ਡਿਆ ਨਹੀਂ ਕੁਝ ਵੀ ਨਹੀਂ ਇਹ ਤੈਨੂੰ ਸਾਹ ਚੜਿਆ ਇਹ ਤੈਨੂੰ ਕੌਣ ਆ ਸਾਹ ਚੜਾਉਣ ਵਾਲਾ ਮੈਨੂੰ ਦੱਸਿਆ ਨਾ ਜ਼ਰਾ ਕੀ ਹੋ ਗਿਆ ਤੁਹਾਨੂੰ ਸਾਡੇ ਕੋਲ ਤੇ ਅੱਜ ਤੱਕ ਚੜਾਇਆ ਨਹੀਂ ਆ ਕੌਣ ਆ ਉਹ ਕਿਹੜਾ ਜੰਮਿਆ ਇਹਦਾ ਬਹਾਦਰ ਤੈਨੂੰ ਸਾਹ ਨਹੀਂ ਇਹ ਨੌਕਰ ਖਾਨਾ ਖਾ ਦੇ 24 ਘੰਟੇ ਟੱਕ ਲਾ ਛੱਡਦੇ ਨੇ ਇਹ ਨੌਕਰਾਂ ਦੀ ਤੇ ਮੱਤ ਵਜੀ ਪਈ ਉਹ ਕਿੱਥੇ ਜਾ ਨੌਕਰਾ ਉਹ ਥੱਲੇ ਆ ਜਾਂਗਲ ਵਾਦਿਆ ਇਧਰ ਆ ਬੜਾ ਆਕਰ ਕੇ ਫਿਰਨਾ ਇਹ ਪਛਾੜ ਗਿਆ ਮਾਮਾ ਇਧਰ ਪੈਣਾ ਜ਼ਰਾ ਮੈਨੂੰ ਕਿਉਂ ਸੱਦਿਆ ਹੀ ਉਹ ਤੈਨੂੰ ਇਸ ਲਈ ਸੱਦਿਆ ਇੱਥੇ ਬੰਦੇ ਫਿਰਨਦੇ ਨਾਮ ਰਾਤਾ ਕਿਸੇ ਦੀ ਜ਼ਰੂਰਤ ਹੈ ਮੇਰੇ ਹੁੰਦੇ ਇੱਥੇ ਵੜ ਜਾਵੇ ਬਗੈਰ ਪਾਸੇ ਆਂਦੇ ਹੋ ਓਏ ਅਸੂਲ ਪਸੰਦਾ ਪੈਸੇ ਦੇ ਕੇ ਭਵੇਂ ਘਾਣ ਬੱਚਾ ਕੋਲੂ ਕਰ ਜੇ ਅਗਲਾ ਹੈ ਨਹੀਂ ਤੇ ਬੰਦੇ ਫਿਰਨ ਡੇ ਆ ਮੇਰੀ ਬੁੱਢੀ ਜਵਾਨ ਇੱਥੇ ਯਾਰ ਘਰ ਚ ਮੈਂ ਤੈਨੂੰ ਇੱਕ ਗੱਲ ਦੱਸਾਂ ਕੀ ਆ ਤੇਰੀ ਜਨਾਨੀ ਦੋ ਨੰਬਰ ਹੀ ਬਗੈਰਤ ਆਦਮੀ ਜਿਵੇਂ ਮੈਨੂੰ ਇਸ ਗੱਲ ਦਾ ਪਤਾ ਨਹੀਂ ਉਹ ਦੋ ਨੰਬਰ ਨਹੀਂ 100 ਨੰਬਰ ਹੈ 100 ਨੰਬਰ ਵੇ ਕੋਈ ਫਿਕਰ ਮਿਲਦਾ ਹੋਵੇ ਕਿਸੇ ਚ ਕੀ ਬਦਤਮੀਜ਼ੀ ਹੈ ਫਸੀ ਪਈ ਹੈ ਤੂੰ ਪਿਛਲੀ ਜੁਮੇ ਰਾਤ ਸਾਡੇ ਘਰ ਦੋ ਡਾਕੂ ਆਏ ਇਹਨੇ ਚੁੱਕ ਥਾਣੇ ਫੋਨ ਕੀਤਾ ਕਹਿੰਦੀ ਹੈਲੋ ਹੈਲੋ ਸਾਡੇ ਘਰ ਜ਼ਬਰਦਸਤੀ ਦੋ ਡਾਕੂ ਆ ਗਏ ਨੇ ਆ ਕੇ ਇੱਕ ਲੈ ਜਾਓ ਐ ਸੱਖ ਜਾਏ ਸੀ ਓਏ ਉਹ ਜੜਾਂ ਵਾਲੇ ਦੇ ਮਸੱਲੀਆ ਮੈਂ ਖੁਦ ਸਾਂ ਭਾਫੀ ਚਾ ਨਾ ਮੈਨੂੰ ਦੱਸੋ ਤਾਂ ਸਹੀ ਨਾ ਮੈਂ ਤੁਹਾਨੂੰ ਪਤਾ ਹਿਸਾਬ ਨਹੀਂ ਆਉਂਦਾ ਤੈਨੂੰ ਪਤਾ ਕਿ ਕੌਣ ਬੰਦਾ ਹੈ ਜਾਨੂੰ ਕੋਈ ਨਹੀਂ ਆਇਆ ਤੁਸੀਂ ਗੱਲ ਛੱਡਦੇ ਹੋ ਮੈਂ ਕਹਿੰਦਾ ਜਾਣਦੇ ਇੱਥੇ ਰੌਲੇ ਬਣ ਜਿਹੜੇ ਇਹ ਬੁੱਢੀ ਆ ਮੇਰੀ ਤੈਨੂੰ ਸਮਝਦੇ ਆਂ ਡਈ ਇਹਦੇ ਨਾਲ ਤੁਸੀਂ ਸ਼ਾਦੀ ਕਿਵੇਂ ਕੀਤੀ ਮੈਨੂੰ ਅੱਜ ਦੱਸਣਾ ਜੇ ਤੁਹਾਨੂੰ ਕਸਮ ਉਹ ਤੈਨੂੰ ਕੀ ਦੱਸਾਂ ਇਹਦੇ ਭਰਾਵਾਂ ਨੇ ਸਾਡਾ ਭਰਾ ਕਤਲ ਕਰਤਾ ਸੀ ਉਹ ਪੰਚਾਇਤ ਬੈਠੀ ਉਹਨੇ ਕਿਹਾ ਚਲੋ ਜੀ ਮਾਫੀ ਦੇ ਦਿਓ ਨਾਲ ਰਿਸ਼ਤਾ ਲੈ ਲਓ ਅਸੀਂ ਮਾਫੀ ਦੇ ਕੇ ਰਿਸ਼ਤਾ ਲੈ ਲਿਆ ਸੁਹਾਗਰਾ ਨੂੰ ਮੈਂ ਕੁੱਟ ਚੁੱਕਿਆ ਮੈਂ ਹਲੋ ਜੀ ਭਰਾ ਵੀ ਮਰ ਗਿਆ ਤੇ ਮਰ ਮੈਂ ਵੀ ਗਿਆ ਜੀ ਮਾਂ ਤੇਰਾ ਬੁੱਗਾ ਭੰਗਣਾ ਮੈਂ ਤੁਹਾਨੂੰ ਦੱਸਾਂ ਇਸ ਤਰ੍ਹਾਂ ਨਾ ਕਰਿਆ ਕਰੋ ਕਿੱਡੀ ਤਿਆਰ ਹੋਈ ਫਿਰ ਨਹੀਂ ਹੈ ਕੀ ਹੈ ਇਹ ਕੀ ਹੋਣ ਡਿਆ ਦੱਸਿਆ ਤੈਨੂੰ ਦੋ ਨੰਬਰ ਹੈ ਬਕਵਾਸ ਕਰੀ ਜਾਣ ਡਿਆ ਕੌਣ ਬੰਦਾ ਕੋਈ ਬੰਦਾ ਨਹੀਂ ਹੈ ਸੰਗੀਤਾ ਸੱਪਾਂ ਵਾਲੀਏ ਮੈਨੂੰ ਦੱਸ ਦੇ ਕਿਹੜਾ ਬੰਦਾ ਮੈਂ ਦਿੰਦਾ ਬੰਦਾ ਲੱਭ ਕਰ ਬੰਦਾ ਪੇਸ਼ ਕਰ ਮੇਰੇ ਅੱਗੇ ਬਗੈਰ ਤਾਂ ਏਡੀ ਚੰਗੀ ਗੱਲ ਤੇ ਏਡੀ ਲੇਟ ਦੱਸੀ ਤੂੰ ਵੀ ਅੱਕੇ ਕੌਣ ਇੱਥੇ ਕੋਈ ਨਹੀਂ ਸਹੀ ਦੱਸ ਤੇ ਮੈਂ ਤੇਰੀ ਭਾਈ ਜੀ ਤੁਸੀਂ ਮਿਊਜ਼ਿਕ ਬੰਦ ਕਰ ਦਿਓ ਤੁਹਾਨੂੰ ਪਤਾ ਮੇਰਾ ਜਾਨਵਰ ਵੇਰ ਗਿਆ ਜਾਨ ਜਾਨਵਰ ਵੀ ਉਹ ਵੇਰੇ ਜਿਹਨੂੰ ਸਿਰਫ ਹੁਣ ਗੋਲੀ ਮਾਰਨੀ ਪੈਣੀ ਇਹ ਕੀ ਹੋਣਾ ਉਹ ਮਰ ਕੇ ਉਹ ਨਾਸ ਜੋ ਨਾਸ ਜੋ ਉਹ ਸਾਡੇ ਘਰ ਤਾਲਬਾਨ ਆ ਗਿਆ ਤੇਰਾ ਬੇੜਾ ਘਰ ਤੇਰਾ ਖਾਨਾ ਖਰਾਬ ਹੈ ਇਹ ਮੈਨੂੰ ਛੇੜ ਰਿਹਾ ਸੀ ਮੈਂ ਕਹਾਂ ਹਾਂ ਮੈਂ ਨਹੀਂ ਛੇੜਾ ਮਗਰ ਤੂੰ ਤਾਂ ਨਹੀਂ ਨਾ ਛੇੜੀ ਤੇ ਤੈਨੂੰ ਪਤਾ ਨਹੀਂ ਖੰਗ ਔਰ ਕੁੜੀ ਛਿੜੀ ਦੋਵੇਂ ਭੈੜੀਆਂ ਹੁੰਦੀਆਂ ਨੇ ਕੀ ਕਹਿ ਰਹੇ ਹੋ ਅੱਬੂ ਅੱਬੂ ਜੀ ਅੱਬੂ ਜੀ ਕੀ ਕਰ ਅੱਬੂ ਮੈਂ ਐਸਾ ਲੜਕਾ ਨਹੀਂ ਉਹ ਕੋ ਸ਼ਰਮ ਕਰ ਉਹ ਤੇਰੇ ਆਪਣੇ ਜਵਾਈ ਮਰਨ ਵਾਲੇ ਹੋਏ ਨੇ ਓਏ ਅੱਬੂ ਹਮ ਨਾ ਲੜਕੇ ਲੜਕੇ ਕ੍ਰਿਕਟ ਖੇਲ ਰਹੇ ਤੇ ਮੇਰਾ ਬਾਲ ਅੰਦਰ ਆ ਗਿਆ ਉਹ ਤੇਰੇ ਸਦਕੇ ਉਹ ਕ੍ਰਿਕਟ ਔਰ ਬਾਲ ਓਏ ਆ ਚੜੇਲਾ ਨਾਲ ਛੂੰ ਛਪਾਈ ਖੇਡਣ ਵਾਲੇ ਆ ਉਹ ਤੇਰਾ ਬੇੜਾ ਕਰ ਗਿਆ ਤੇਰਾ ਖਾਨਾ ਖਰਾਬ ਤੇਰੀ ਸ਼ਰਮ ਨਹੀਂ ਤੇਰਾ ਬੇੜਾ ਕਰ ਖਾਨਾ ਖਰਾਬ ਸੱਤਿਆ ਨਾਲ ਜ਼ਲੀਲੇ ਟੁੱਟ ਬੰਦੇ ਜਿੰਨ ਜਾਣੇ ਬੰਦੇ ਵਾਲੀ ਹੈ ਤੇਰੀ ਸ਼ਰਮ ਨਹੀਂ ਆਈ ਹੈ ਸਾਹਿਬ ਜੀ ਇਹ ਮੇਰੇ ਤੇ ਇਲਜ਼ਾਮ ਹੈ ਇਹ
जिस तरह तू दसन नहीं है सच हो जाना ही। नलका चला टूवन ही शुरू कर संगीता मेरे बच्चे हाथ वे भुल जा सी शाही मल्ला छड़ चुके हैं पता कराओ मैं कि पहले 50 साल पहले भी जमया सा तेनू किवें पता भी वो चूंडी लै से चूड़िया जी मच आई बल्कि कट्टा मांग नहीं। अच्छा तू अगर मेनू
ਨਹੀਂ ਦੇ ਸਕਦਾ ਨਾ ਤੇ ਤੂੰ ਮੈਨੂੰ ਮੋਬਾਈਲ ਦੇ ਦੇ। ਇਹ ਲੈ ਲਾ। ਹਾਂ ਇਹ ਤਾਂ ਇੰਨੇ ਸਸਤੇ ਹੋ ਜਾਣੇ ਆ ਮੋਬਾਈਲ। ਅੱਛਾ ਆਏ ਔਰਤਾਂ ਨੇ 11-11 ਮੋਬਾਈਲ ਦੇ ਕੇ 6-6 ਪਿਆਲੀਆਂ ਲਈਆਂ ਕਰਨੀਆਂ। ਉੱਤੋਂ ਔਰਤਾਂ ਨੇ ਫੇਰੀ ਵਾਲਾ ਨਾਲ ਲੜਨਾ ਵੀ ਨੇ। ਹਾਂ ਹਾਂ ਬਿਰਾਵਾ ਤੈਨੂੰ ਮੈਂ 8 ਮੋਬਾਈਲ ਦਿੱਤੇ ਨੇ ਤੇ 3 ਪਿਆਲੀਆਂ ਦਿੰਦਾ ਪਿਆ। ਇਹ ਬੜੀ ਸਸਤੀ ਆ, ਜਿੰਨੇ ਆਵਾ ਫਰਾਉਣੀ ਉਹਨੂੰ ਨਾਲ ਫ੍ਰੀ ਸਿਮ ਮਿਲਿਆ ਕਰਨੀ। ਅੱਛਾ ਠੀਕ ਹੈ ਅਗਰ ਮੋਬਾਈਲ ਦੇਗਾ। ਇਹ ਮੋਬਾਈਲ ਸ਼ਾਇਦ ਚੰਗੀ ਏ। ਅੱਛਾ ਲੇਕਿਨ ਇਹਦੇ ਵਿੱਚ ਕੰਮ ਗਲਤ ਵੀ ਹੈਣ। ਉਹ ਕਿਉਂ? ਆਏ ਬੱਲਾ ਹਾਂ ਮੈਂ ਨਵਾਂ ਮੋਬਾਈਲ ਲਿਆ, ਮੈਨੂੰ ਫੋਨ ਆਇਆ ਤੇ ਬੈਲ ਲੱਗੀ ਸੀ, ਉਹੀ ਮੈਂ ਮਰ ਗਈ, ਮੈਨੂੰ ਕੀ ਲੜ ਗਿਆ। ਮੈਂ ਫੋਨ ਖੋਲਿਆ ਤੇ ਅੱਗੋਂ ਮੇਰੀ ਅੰਮੀ ਦਾ ਫੋਨ ਸੀ। ਅੱਛਾ ਚੱਲ ਇਹਨਾਂ ਗੱਲਾਂ ਨੂੰ ਛੋੜ ਦੇ, ਨਾ ਦੁੱਖ ਕਰ। ਅਗਰ ਤੂੰ ਮੈਨੂੰ ਮੋਬਾਈਲ ਲੈ ਕੇ ਦੇਵੇਂਗਾ ਨਾ ਤੇ ਕਿੰਨੇ ਦਾ ਕਾਰਡ ਫਰੀ ਕਰਵਾਏਂਗਾ? ਅੱਜ ਕੱਲ੍ਹ ਤਾਂ ਸੌਖਾ 1000 ਰੁਪਏ ਦਾ ਇਜ਼ੀ ਲੋਡ ਵੀ ਹੋ ਜਾਂਦਾ ਹੈ। ਘਰ ਕੋਈ ਨਾ ਜਾਵੇ। ਬਰਾਤ ਚੜਨੀ ਯਾਰ, ਬਰਾਤ ਚੜਨੀ ਆਪਾਂ। ਸਾ ਬੱਚਾ ਖਾਨਾ ਖਰਾਬ ਹੋਵੇ ਮੈਂ ਤੈਨੂੰ ਯਤੀਮ ਖਾਨੇ ਨਾ ਲਿਆ ਦੇਵਾਂ। ਆ ਬੱਚੇ ਇੰਨੇ ਕਿੱਥੋਂ 7-8 ਬੜੇ ਹੁੰਦੇ ਨੇ, ਉਸ ਤੋਂ ਬਾਅਦ ਤਾਂ ਮੱਤਾਂ ਵੱਧ ਜਾਂਦੀਆਂ ਨੇ। ਅਜਾ ਜਾ ਕੰਮ ਕਰ, ਤੂੰ ਮੇਰੀ ਕੋਈ ਸ਼ਕਲ ਨਹੀਂ ਨਾ ਮੰਨੀ, ਮੈਂ ਤੁਮ ਸੇ ਨਹੀਂ ਬੋਲਦੀ। ਤੇਰੇ ਕੋਲ ਹੱਲਿਆ ਨਹੀਂ ਜਾਣਾ, ਤੂੰ ਵੇਖੀ ਸਹੀ ਤਰ੍ਹਾਂ। ਜੰਗਲ ਵਾਧਾ ਜਾਂ ਟੰਗੇ ਦਾ ਕੰਮ ਨਹੀਂ ਕਰਦਾ ਇੱਥੇ, ਬੰਦੇ ਵੜਨ ਦੇ ਘਰ ਚ ਯਾਰ। ਬੰਦੇ ਵੜਨ ਦੇ ਨੇ? ਹਾਂ ਤੇ ਘਬਰਾਉਣ ਕਿਉਂ ਡਿਆ ਜੇ? ਕਿਉਂ ਜਿਹੜੇ ਬੰਦੇ ਘਰ ਚ ਵੜਨ ਡਿਆ ਨੇ ਉਹਨਾਂ ਦੇ ਪਾਸ ਬਣੇ ਨੇ। ਅੱਛਾ ਟੈਨਸ਼ਨ ਤੇ ਲੈਣੀ ਨਹੀਂ ਉਹਨਾਂ ਦੀ। ਇਹ ਕਾਹਦੇ ਪਾਸ? ਮੇਰੇ ਘਰੋਂ ਕੋਈ ਓਮਨੀ ਬੱਸਾਂ ਨਿਕਲਣ ਲੱਗ ਪਈਆਂ ਭਾਈ ਜੀ। ਕੌਣ ਨਹੀਂ ਤੁਹਾਡੀ ਗੱਲ ਮੰਨਦਾ? ਮੈਂ ਓਏ ਨੌਕਰ ਜਿਹੜਾ ਰਖਾਇਆ ਤੂੰ ਜੜਾ ਵਾਲੇ ਦਾ, ਓਏ ਇਧਰ ਆ। ਉਹ ਜੜਾ ਆ ਗਿਆ ਭਾਈ, ਆ ਗਿਆ ਮੇਰੇ ਤੋਂ ਵੀ ਬੁਰਿਆ। ਇਧਰ ਆ ਜਾ। ਉਹ ਲੜ ਪਿਆ ਆਪਸ ਸ਼ਾਨ ਤੇ ਮੋਮਰ ਰਾਣਾ। ਓਏ ਤੂੰ ਸਾਹਿਬ ਜੀ ਦੀ ਗੱਲ ਕਿਉਂ ਨਹੀਂ ਮੰਨਦਾ? ਕੀ ਤਕਲੀਫ ਹੈ ਤੈਨੂੰ? ਮੈਂ ਇੱਥੇ ਬਾਂਡੇ ਮਾਂਜਣ ਆਇਆ, ਮੈਨੂੰ ਹੋਰ ਕੋਈ ਇਹਨੇ ਆਖਿਆ ਨਾ ਕਿ ਬਾਹਰ ਦੇ ਵੀ ਕੰਮ ਕਰ, ਮੈਥੋਂ ਨਹੀਂ ਹੁੰਦੇ। ਤੈਨੂੰ ਤੁਰਕੀ ਦੁੰਬਾ ਲੱਗਦਾ ਹੈ? ਹਾਂ ਕੀ ਸੇਫ ਗਾਰਡ ਦਾ ਜਰਾ ਸੀਮ ਹੀ ਇਹੋ ਜਿਹੀਆਂ ਔਰਤਾਂ ਸੜਕ ਤੇ ਜਾਂਦੇ ਆ ਕਮੀਜ਼ ਮੂੰਹ ਚ ਪਾ ਕੇ ਨਾਲਾ ਵੀ ਟਾਈਟ ਕਰ ਲੈਣੀ। ਨਹੀਂ ਤੂੰ ਕੀਤੀ 2-3 ਵਾਰੀ ਇਹੋ ਜਿਹੀ ਹਰਕਤ? ਵੇ ਬੇੜਾ ਗਰਕ ਹੋਵੇ ਤੇਰਾ ਖਾਨਾ ਖਰਾਬਾ, ਮੈਂ 0 meter 70 ਆ। ਝੂਠ ਨਾ ਬੋਲ, 0 meter 70 70 ਮੀਲ ਕਰਦੀ 1 ਲੀਟਰ ਵਿੱਚ। ਪਤਾ ਮੈਨੂੰ, ਤੂੰ 1 ਲੀਟਰ ਪਹਿਲੀ ਕੇਕ ਚ ਖਾ ਜਾਨੀ ਹੈ। 0 meter 70 ਤੂੰ ਕੋ ਪੁਰਾਣੇ ਮਾਡਲ ਦੀ ਸੁਜ਼ੂਕੀ ਹੈ। ਅੱਛੀ ਕਹਿੰਦੇ ਨੇ ਇਹ ਤੂੰ ਮੇਰੇ ਦਿਲੋਂ ਲਾ ਦੇਣੀ ਹੈ, ਮੈਂ ਕਿੱਧਰ ਮੂੰਹ ਕਰਾਂ ਰਿਹਾ। ਉਹਨੂੰ ਕੰਮ ਦੱਸ ਕੋਈ। ਯਾਦ ਆਇਆ ਕੁੜੀਆਂ ਦਾ ਫੋਨ ਆਇਆ, ਏਅਰਪੋਰਟ ਤੇ ਖੜੀਆਂ ਨੇ, ਭੇਜੋ ਇਹਨੂੰ। ਉਹ ਮੇਰੇ ਰਬਾ, ਕੁੜੀਆਂ ਆ ਗਈਆਂ ਨਿਊ ਜਰਸੀ ਤੋਂ ਪੜ ਕੇ। ਅੱਛਾ ਜੀ। ਹਾਂਜੀ, ਉਹਨਾਂ ਨੂੰ ਲੈ ਕੇ ਆਣਾ। ਤੁਹਾਡੀਆਂ ਬੇਟੀਆਂ? ਉਹ ਮੇਰੀਆਂ ਬੇਟੀਆਂ ਨਹੀਂ ਭਾਈ ਜੀ। ਤੁਹਾਡੀਆਂ ਨਹੀਂ? ਉਹ ਮੇਰੀਆਂ ਨਹੀਂ ਭਾਈ ਸਾਹਿਬ,
सुपुरदारी घर लाया दो बचिया सन पता नहीं कहदिया ने मैं पाली पुली जान लिया बस सूफी साहब करो दादा साहब का कह गया जानी बारी भावे 55 रुपए के चौल मुल लाए लै जाने ने चली हवा दो अनार हिल गए जेड़िया नचण लग पियां तेरे समझाई जाना मसल वध्या के मेरिया नहीं मेरी गल सुनो मैं जा रही अपनी सहेलियां ने कोल जल्दी दे साहब जी कोई बंदा आंदा भी मैं इन्ना बिरा तोड़ा भी बिरा बंदा या होर ओ मेरे यारा हाय एहो तेरी भैन कहंदी कहंदी मर गई ना तेरे ते बगाड़ता ओ चली जू सी सरेण जू सी पागला इन्ने अरसे बाद भी लैन भैणा ने ताने मारे ला और सा गुलाम कादरा ठीक है ओ की सुनाना तू आ गया शहर गुलाम कादर मेरा यार बचपन दा क्या बात है मां करे जी बचपन दा साडा बड़ा गूड़ा जराना तू पिंडो आ गया कुड़ियां लेके शहर पूरा पिंड उदास हो गया आ मैं कहा भरजाई ओही है ना ओही बड़ा तावन करदी आवे की ए मुजरे दे नाल रहता दिंदी हुंदी सी तू बाहर निकलन की कोशिश करनी मैं तेन फिर खिच के अंदर की मजा आंदा सी मैं तेन मोड़ना तू कहना नहीं मैं पूरा गन्ना चूप के बाहर निकलना फिर याद कर जो तेरा मेरा मैच होना गुल्ली डंडे का बड़े होनी गुल्ली मेरा होना डंडा मां जो टुल लाना इन्हें चीका मार के रोना ते नाल डंडा फड़ना की मजा आता सी यार ओ जान दे पता लगा गुस्सा चढ़िया घोड़ा कढ़िया हाथ बंदूक फड़ी जा वड़िया चौधरी दी हवेली च बाहर निकलो चौधरी हो तुसीं की रोज मुफ्तमारी लाई है मीडिया हुंदा सरदारा माई तेरी सी मशहूर होनी ओ तेरी बुढ़ी मशहूर होनी सी सरदारा माई ए जड़ा ता पुत्र इहदा नहीं ओ इहदा कदो यार ते जेड़ियां तेरियां बच्चियां ने ओ केड़ियां तेरियां ने इहदा कदो ने अवामी माल है पुत्र ही चुके इधर इधर ही करना ही ए कद्दी मैनू भी दे मैं तेरा प्यो मारे आया है ओए डाकरा तेनू दे दे तू ही ते देसी शरीफ शराब पी के खोते दी मत मार दंदे हो ए नौकर नौकर नौकर। ए बड़ा
ਕੀ ਮਤਲਬ ਆ ਵੇਖੋ ਤੁਸੀਂ ਗੌਰ ਤੇ ਕਦੇ ਸੁਲਤਾਨ ਰਹੀ 20 ਰੁਪਿਆਂ ਦਾ ਹੋਇਆ ਹੁੰਦਾ ਤੇਰੇ ਵਰਗਾ ਹਾਂ ਮੇਰੀ ਕਿਸਮਤ ਭੈੜੀ ਏ ਉਹ ਚੰਗੇ ਬੰਦਿਆਂ ਨਾਲ ਕੰਮ ਕਰਦਾ ਸੀ ਮੈਂ ਮਰਾਸੀ ਕੰਜਰਾਂ 'ਚ ਫਸ ਗਿਆ ਲਾਂਟੀਆਂ ਇਹੋ ਜਿਹੇ ਸ਼ੇਰ ਮਾਵਾਂ ਕਦੇ ਕਦੇ ਜੰਮਦੀਆਂ ਤੁਹਾਡੇ ਵਰਗੀਆਂ ਚਵਲਾਂ ਤੇ ਹਰ ਅੱਧੇ ਘੰਟੇ ਬਾਅਦ ਵੱਜਦੀਆਂ ਸੁਲਤਾਨ ਰਹੀ ਸਾਹਿਬ ਨਾਲ ਬੜੀ ਸ਼ਕਲ ਮਿਲਦੀ ਏ ਹੁਣ ਪਿੰਡਾਂ 'ਚ ਜਾ ਕੇ ਮੰਗਦਾ ਹੈ ਉੱਥੇ ਜਾ ਕੇ ਕਹਿੰਦਾ ਮੈਂ ਮਰਿਆ ਨਹੀਂ ਮੈਨੂੰ ਉਹਨਾਂ ਕੱਢਿਆ ਭੁੱਖ ਲੱਗੀ ਰੋਟੀ ਦਿਓ ਬੜੀ ਸ਼ਕਲ ਮਿਲਦੀ ਬਕਵਾਸ ਨਾ ਕਰਿਆ ਕਰ ਮਸਲ ਵਾਧਿਆ ਤੈਨੂੰ ਤੂੰ ਕੀ ਜਾਣੇ ਉਹ ਮੇਰਾ ਭਰਾ ਤਾਂ ਸੁਲਤਾਨ ਰਾਈ ਸਾਹਿਬ ਨੇ ਇੰਨਾ ਪਿਆਰ ਕਰਦਾ ਅੱਛਾ ਇੰਨਾ ਪਿਆਰ ਕਰਦਾ ਅੱਲਾ ਦੀ ਰਹਿਮਤ ਨਾਲ ਹਾਂ ਕੱਲ ਜਾ ਰਿਹਾ ਉਹਨਾਂ ਦੇ ਕੋਲ ਮੈਂ ਕਿਹਾ ਕਿਉਂ ਡਰਾਣੀ ਦੀਆਂ ਗੱਲਾਂ ਕਰਨ ਦਿਆ ਉਹ ਪੁੱਤ ਮੇਰਾ ਆ ਗਿਆ ਬੂਹੇ ਤੇ ਟੇਡੇ ਮਾਨ ਨਾ ਕਹਿ ਕਰ ਤੇਰਾ ਕਹਿ ਚੋਰੀਆਂ ਦਾ ਮੁੰਡਾ ਉਹ ਪੁੱਤਰੇ ਅੱਬਾ ਜੀ ਆ ਗਿਆ ਮੇਰਾ ਪੁੱਤ ਅੱਬਾ ਜੀ ਮੇਰਾ ਉਹ ਮੇਰਾ ਆਪਣੀ ਕੁੜੀ ਦੇਣੀ ਆ ਤੈਨੂੰ ਦੇਣੀ ਸਾਨ ਕਰਨ ਅਸੀਂ ਲੋਕਾਂ ਨੂੰ ਨਾ ਦਿੱਤੀਆਂ ਚੌਧਰੀ ਬਣਿਆ ਇੱਥੇ ਬਦਤਮੀਜ਼ਾ ਇੱਥੇ ਕੁੜੀ ਲੈ ਕੇ ਜਾਣੀ ਆ ਇਹ ਵਾਕਈ ਤੇਰਾ ਮੁੰਡਾ ਜਾਂ ਜਿਮ ਕੈਰੀ ਦਾ ਪੁੱਤਰ ਹੈ ਅਕਲੀਅਤ ਵੀ ਆਈ ਆ ਉਹ ਮੈਂ ਸਦਕੇ ਜਾਵਾਂ ਚੰਗਾ ਕੀਤਾ ਹੀ ਆ ਗਿਆ ਮੇਰੀ ਸ਼ਾਦੀ ਨਹੀਂ ਸੀ ਹੁੰਦੀ ਪਈ ਹੋਰ ਇਹਨਾਂ ਕੰਮਾਂ ਤੋਂ ਮੈਂ ਸਕੂਲ ਛੱਡਿਆ ਕੰਮ ਵਧੇਗਾ ਲੰਮਾ ਚੱਲ ਚੱਲ ਜਲਦੀ ਉਹ ਸਿੱਧਾ ਸਿੱਧਾ ਬੜਾ ਭਾਰ ਹੈ ਬਗੈਰਤਾ ਤੇਰਾ ਹਜੇ ਤਾਂ ਮੈਂ ਪੂਰਾ ਪਾਇਆ ਨੀ ਪੂਰਾ ਭਾਰ ਪਾਉਣਾ ਹੁਣ ਤੇ ਪੈ ਗਿਆ ਹੁਣ ਬੜਾ ਭਾਰ ਪਾਗਲਾ 2.5 ਮਿੰਟ ਦੇ ਬੰਦੇ ਦੇ ਛਾਲ ਵਾਲੀ ਹੁਣ ਤੇ ਭਾਰ ਪੈਣਾ ਹੀ ਹੈ ਆ ਮੈਨੂੰ ਰਲ ਕੇ ਮਾਰ ਰਿਹਾ ਮੈਂ ਰਿਸ਼ਤੇ ਤੋਂ ਇਨਕਾਰ ਕੀਤਾ ਹਾਂਜੀ ਇਹ ਵੈਸੇ ਤੁਸੀਂ ਜ਼ਿਆਦਤੀ ਉਹ ਜ਼ਿਆਦਤੀ ਕੀਤੀ ਆ ਮੇਰੀ ਵਾਰੀ ਨਹੀਂ ਆਈ ਖੇਡ ਮੁਕਾ ਦਿੱਤੀ ਆ ਉਹ ਤੇਰੀ ਗੱਲ ਮੂੰਹ ਨਾਲ ਖੇਲੀ ਤੈਨੂੰ ਸ਼ੂਗਰ ਆ ਬਗੈਰਤਾ ਤੇਰੀ ਮਾਂ 300 ਬੰਦਾ ਲੈ ਕੇ ਗਿਆ ਤਾਂ ਮੈਂ ਇਹ ਬਗੈਰਤੀ ਆ ਓਏ ਨਕਾਹ ਕੀਤਾ ਸੀ ਬਰਾਤੀ ਸਨ 300 ਰੁਪਏ ਤੁਹਾਡੇ ਰਿਸ਼ਤੇਦਾਰ ਨੇ ਸਾਡੇ ਰਿਸ਼ਤੇਦਾਰ ਇਹੋ ਜਿਹੇ ਕੰਜਰ ਕੈਬ ਹੀ ਹੋਣੇ ਨੇ ਹੋਰ ਅਸੀਂ ਸਦਰ ਸਦਾਮ ਦੇ ਰਿਸ਼ਤੇਦਾਰ ਹਾਂ ਉਹ ਮਤਲਬ ਕਹਿਣ ਦਾ ਵੀ ਉਹ ਕਹਿੰਦਾ ਵੀ ਉੱਥੇ ਜਾ ਕੇ ਨਾ ਨਾ ਝੂਠ ਨਾ ਬੋਲ ਐਂ ਜੇ ਕੰਮ 'ਚ ਬਰਕਤ ਨਹੀਂ ਪੈਣੀ ਉਹਨੂੰ ਸਿੱਧਾ ਗੱਲ ਅੱਬਾ ਸਾਰਾ ਦੱਸ ਘੁੰਗਰੂ ਵੀ ਖਰੀਦੇ ਆ ਸਰਾਣੇ ਵੀ ਲਏ ਆ ਨਹੀਂ ਮੁੰਡਾ ਇਮਾਨਦਾਰ ਆ ਪੁੱਤਰ ਜਿੰਨੇ ਮਰਜ਼ੀ ਭੈੜੇ ਹਾਲਾਤ ਹੋ ਜਾਣ ਉਹੀ ਕੰਮ ਕਰਨੇ ਨਾਲ ਤੁਹਾਡਾ ਖਾਨਦਾਨ ਹੀ ਅੱਲਾ ਉਹਦੇ 'ਚ ਬਰਕਤ ਪਾਏਗਾ ਹੈ ਠੀਕ ਹੈ ਠੀਕ ਹੈ ਮੇਰੇ ਪੁੱਤੇ ਕੱਪੜੇ ਬਦਲਨੇ ਮੇਰੇ ਪੇਟ ਦੇ ਮੈਂ ਕਿਹਾ ਵੀ ਕੱਪੜੇ ਬਦਲਨੇ ਮੈਂ ਉਹ ਪਾਣੇ ਕੁੜੀਆਂ ਬਾਹਰ ਆਉਂਦੀਆਂ ਪਤਾ ਨਹੀਂ ਪਾਉਂਦੀਆਂ ਕਿ ਨਹੀਂ ਪਾਉਂਦੀਆਂ ਬਸ ਆਪਣੀ ਮਾਂ ਦੀ ਡੈਰੀ ਪੜ ਬੈਠਾ
मेरी गल सुन पुत्र ओए जिहड़े जट जिमीदार हुंदे आ ना अपनी मंग नहीं छड्डदे अपना सिर लुआ लैंदे आ जट जिमीदार नहीं ना छड्डदे असीं तां मरासी आ तेरी सारी जायदाद हो जाएगी 2200 रुपए का मकान बनाया उन्होंने बेवकूफा तेन पता नहीं कुड़िया उतो किन्ने डालर लैके आन गई डालर मैं नहीं करना जो मर्जी जो करजा वेख मैं प्यो होके तेरे हाथ जोड़ना और मेरी गल मान ला हाथ जसू पंजू खेलने है आ प्यो दी पग तेरे पैरां च पई आ पुत्र अब्बा जा ते इस पग नूं रोल दे ते जा फिर इस घर च शादी करन ते हां कर ला मेरे बस कर अब्बा बस ओ मैं ते तेरे नूं मजाक लगा सी तेरी इज्जत ते मेरी जान है ते मैं जान दे सकना इस पग नूं तू कहना रोल दे इहनूं मैं ठुके मारूंगा अगे 90 वरी इंज इस पगना में कीता क्यों नहीं हटदा तू मुंडिया ओए तेरी ये जुर्रत के तू मेरे भरा दी पग नु ठुटे मारे ओए अखर असी खून ते है ए मेरे भरा दी इज्जत है बेगैरता ओ तू एनु ठुटा मारे ओ मेरे भरा दी पग नु ठुटा मारे एनु चुतिया मार इयो गैरतमंद वाह वाह बस भाई ता मजाक लगे है तू हराम दई है पुत्र इदी कोई गल नहीं प्यो नी पग आप ते रोली नाल ओनु भी जुतियां मारियां हां ठीक है भाई कोई नहीं चलो तुसी जाओ घर जाओ खैर है जाओ पिछली बारी तू मेनू इलेक्शन च भी दलील करवाया मेनू कहना खड़ा हो जा मेनू खरार के बित करवा दिता की बित कराता बित कराता मेनू केला निशान ला दिता मां जेड़े घर जाके कुंडी खड़काई भैणा केले दे निशान लाई ओने मेनू जुतियां मारी पिंड कुड़ी नूं लै के आ कुड़ी मैं लै के आना तुसीं छेक सेक्सी सूट तैयार करो कुड़ी वास्ते छेक हां ओ तेरी मां दे उसने ही पे आ अब्बा ठीक नहीं उच धुनी नजर नहीं आउंदी मैं कैंची नाल इथो कट देंगा थोड़े थोड़े तू नहीं कर देंगे जा यार काम कर जा काम कर लै के आनी आ नो यारां दोस्तां तू मैनूं शर्मिंदा कराउना ओ की सारयां दे प्यो मर गए तू कल्ला ही फिरी जाना क्या बात वालेकुम सलाम बदतमीज़ इंसान क्यों है सारयां ते मेरा भुंडी करदा है भुंडी मैं करदा हां तैनूं की लग्या मर जा रहा थाई रस्ते तू मेरे वाल शीशा क्यों किता सी एदे च मेरा कोई कसूर नहीं तेरे प्यो ने कहा सी मेरी धी दा ध्यान रखना मैं ते तेरा ध्यान रखन दिया सा अमेरिका जाके तेरे बहुते नखरे नहीं हो गए आह मर जा रहा मैं अमेरिका तो आई हां अमेरिका तो आई हां ते पैदा ते पाकिस्तान च होई है ना नहीं जी मैं पैदा भी ना अमेरिका तो आई हां तेनू फिर सदर बुश ने भेजे के जा जाके पाकिस्तानियों दे हथियार चेक कर लेकिन असि एडे बेवकूफ ने असि विखाने ही उदो ने जो हमला करना पागल की ए, तेरा अपना मुल्क है पाकिस्तान अच्छा की पिया अमरीका दे विच मर जा रहा अमरीका च सब कुछ ही ठंडा ठंडा मौसम आए शादी करन दा बड़ा मजा आई के फायदा होना है की ठंड ही उथे बड़ी है आओ ठंड है तीन तीन महीने पैपा च पानी जमया रहंदा ही ओ ते किते सूरज निकले पैपा नु सेक पहुंचे फिर किते बंदा नहांदा धोंदा ही अच्छा इस गलों साडा सोहना पाकिस्तान अच्छा टूटी बंद करके उत्ते इट भी रखो फिर भी कतरा कतरा खुले डुले पानी
डंडा फड़दे हो डंडा गोले नूं मारदे हो गोला मोहरे च जांदा फिर तुहाडा हासा निकलदा फिर तुसीं कहिंदियां जे गुड शॉट जिहदी वारी हुंदी उहदी जान ते बणी हुंदी अपनी एक चेटी बना दे सुनिया की करनी है देश परदेश बाथरूम जाना पै जांदा तैनू घर दिती चाहे साहब जी की बेटी है अमरीका तो आई एयरपोर्ट तो लै गया करो समय जाली मैनू नहीं पता मुझे विक्की आंदे है की आंदे रे? मैं अभी तक कुवारा हूं मैं छाती ठोकना चाहता हूँ क्या इस लड़की की शादी ठुक चुकी है सोनिया मेनू की पता मैं जम्मी ओनू पूछ बोल नहीं रही मेरा ख्याल इनू समझ नहीं आ इनू उर्दू समझ नहीं आउंदी अंग्रेजी समझ आउंदी अमेरिका तो आई है एवरी थैंक्स इज नॉट वर्किंग एवरी थैंक्स इज एवरी थैंक्स एचबीओ स्टार गोल्ड इज एवरी थैंक्स स्टार प्लस ते मैनू बड़ा गुस्सा ही बस यार आ मेरी जड़ी फुफी है ना आहो ओ मिस्टर बजाज नू बड़े गौर नाल वेखदी बजाज दा कोई कसूर नहीं तेरी फुफी गलत है ए मेरी फुफी दा पुत्र है ये बकवास कर रहे फुफी दा पोता है गल बात होंदी पई उसके साथ हां जी और सुनाए किथों आ रहे हो तुम सब अंग्रेजी बोली मूह च स्पेलिंग फस गया रात नू फसिया अल्लाह दी कसम मच्छर दे वढ़ण दा निशान नहीं साडियां जनानियां दे बमीरी वाले टीके ओ इंज लगदा जिवें पक्का पंचर लगा है अच्छा। आप ठोकी जाना
ਅਲੀ ਸੁਬਾਹ ਦੇ 7 ਵਜਣੇ ਸਾਡੀ ਮਾਂ ਨੇ ਕਹਿਣਾ ਸ਼ੁਰੂ ਹੋ ਜਾਣਾ ਬੇਟਾ ਉੱਠ ਬੈ ਦੁਪਹਿਰ ਹੋ ਗਈ ਏ ਜੇ ਦੁਪਹਿਰ ਨੂੰ ਰੋਟੀ ਮੰਗ ਲੈਣੀ ਅੱਜ ਸਵੇਰੇ ਸਵੇਰੇ ਹੀ ਭੁੱਖ ਲੱਗ ਪਈ ਏ ਤਲੀਮ ਦੀ ਕਮੀ ਬਿਲਕੁਲ ਅਮੀਰਾਂ ਦੇ ਬੱਚੇ ਰੂਹ ਕਰੇ 70 ਸਾਲ ਤੀਕਰ ਦੁੱਧ ਹੀ ਪੀਤੀ ਜਾਵੇ ਸਾਡੇ ਨਸੀਬਾਂ 'ਚ 2 ਮਹੀਨੇ ਦੁੱਧ ਮੱਝਦਾ 3 ਮਹੀਨੇ ਦੁਕਾਨਦਾਰ ਤੂੰ ਸ਼ਕਲ ਪਿਓ ਤੇ ਜਾਣੀ ਹੁੰਦੀ ਦੁਕਾਨਦਾਰ ਤੇ ਗਈ ਹੁੰਦੀ ਇਹ ਪੜ੍ਹੀਆਂ ਲਿਖੀਆਂ ਔਰਤਾਂ ਆਪਣੇ ਪੁੱਤਰ ਨਾਲ ਲੜ ਪਵਣ ਤੇ ਉਰਦੂ ਸਪੀਕ ਅੱਜ ਤੁਹਾਡੇ ਪਾਪਾ ਘਰ ਆਣ ਉਨਸੇ ਸ਼ਿਕਾਇਤ ਕਰੂੰਗੀ ਤੇ ਸਾਡੀਆਂ ਆਪਣੇ ਪੁੱਤਰ ਨਾਲ ਲੜ ਪਵਣ ਤੇ ਸਿੱਧੀ ਗੱਲ ਤੂੰ ਮੇਰਾ ਹੈ ਹੀ ਨਹੀਂ ਅੰਮਾ ਇਹਦੇ 'ਚ ਤੇਰਾ ਆਪਣਾ ਕਸੂਰ ਹੀ ਯਕੀਨ ਕਰੋ ਭਾਈ ਜੀ ਬਿਲਕੁਲ ਠੀਕ ਕਹਿ ਰਹੇ ਜਨਾਬ ਹੋਰ ਠੀਕ ਹੋ ਫਿੱਟ ਫਾਟ ਅੱਛਾ ਗੱਲ ਸੁਣ ਅੱਲਾ ਦਾ ਸ਼ੁਕਰ ਹੈ ਜਾ ਕੇ ਇਸ ਕੁੜੀ ਦੇ ਪਿਓ ਨੂੰ ਕਹਿ ਕਿ ਕੁੜੀ ਆ ਗਈ ਠੀਕ ਹੈ ਇਹ ਕੱਪੜੇ ਕਿਵੇਂ ਦੇ ਪਾਟੇ ਮਰ ਜਾਣੇ ਫੈਸ਼ਨ ਹੈ ਫੈਸ਼ਨ ਇਹ ਤਾਂ ਸਾਰੀ ਪੱਟੀ ਕਮੀਜ਼ ਹੈ ਉਹ ਫੈਸ਼ਨ ਹੈ ਫੈਸ਼ਨ ਹੈ ਵੈਰੀ ਗੁੱਡ ਆਪ ਪਾੜਨ ਤੇ ਫੈਸ਼ਨ ਜੇ ਕਿਸੇ ਹੋਰ ਕੋ ਪਾੜ ਜਾਵੇ ਤੇ ਪਰਚਾ ਕੀ ਬਾਤ ਹੈ ਸਾਹਿਬ ਨੂੰ ਬੁਲਾਉਣਾ ਸਾਹਿਬ ਜੀ ਆ ਜਾ ਮਾਲ ਪਹੁੰਚ ਗਿਆ ਹੈ ਬੱਚੀ ਤੁਹਾਡੀ ਉਹ ਮੈਂ ਸਦਕੇ ਮੈਂ ਮਾਰੀ ਡੈਡੀ ਆ ਆ ਡੈਡੀ ਉਹ ਡੈਡੀ ਨਾ ਕਹੋ ਮੈਨੂੰ ਛੁਰੀ ਮਾਰ ਲੈ ਕਾਕੀ ਤੁਹਾਨੂੰ ਦੁਨੀਆ ਤੇ ਜਿਹਨੇ ਮੁਤਾਰਫ ਕਰਾਇਆ ਉਹਦਾ ਨਾਮ ਤਾਲਬ ਤਬਲੇ ਵਾਲਾ ਹੈ ਹਾਂਜੀ ਮੈਂ ਸਿਰਫ ਤੁਹਾਨੂੰ ਪੈਕ ਪੂ ਕੀਤਾ ਹੈ ਡੈਡੀ ਮੈਂ ਛੱਪੇ ਉਹ ਭਾਈ ਕੀ ਹੋਇਆ ਉਹ ਜੱਫੀ ਦੇ ਪਿਓ ਵਾਲੀ ਪਾ ਉਹ ਸਾਲੇ ਇਸ ਕੰਮ 'ਚ ਉਹ ਹੀ ਬਚਣਾ ਹੀ ਡੈਡੀ ਡੈਡੀ ਇਹ ਸਾਰੇ ਰਸਤੇ ਮੈਂ ਤੰਗ ਕਰਦਾ ਹੈ ਸਾਹਿਬ ਜੀ ਨੇ ਕੋਈ ਐਸੀ ਗੱਲ ਨਹੀਂ ਕੀ 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 ਡੈਡੀ ਸਾਰੇ ਰਸਤੇ ਨਾ ਮੇਰੇ ਨਾਲ ਘੁੰਡੀ ਕਰਦਾ ਹੈ ਹਾਂ ਨਹੀਂ ਨਹੀਂ ਮੈਂ ਧਿਆਨ ਰੱਖਿਆ ਤੁਸੀਂ ਕਿਹਾ ਸੀ ਨਾ ਭਾਈ ਧਿਆਨ ਰੱਖਣਾ ਸੀ ਹੋਰ ਕੋ ਦੁੱਖ ਸ਼ਰਮ ਨੇ ਉਹਦੀ ਬਗੈਰਤ ਬੀਬੀ ਜੀ ਤੇ ਨਜ਼ਰ ਰੱਖੀ ਹੁੰਦਾ ਤੇ ਬਗੈਰਤ ਵੇਂਦਾ ਹੈ ਗੈਰਤ ਦਾ ਪੱਲਾ ਹੀ ਕੋਈ ਨਹੀਂ ਕੋਲ ਮੈਂ ਤੇ ਮੇਰੀ ਭੈਣ ਇੱਕ ਵਾਰੀ ਸਾਹਿਬ ਜੀ ਰਕਸ਼ੇ ਤੇ ਆਵੀਏ ਪਏ ਅੱਛਾ ਡਰਾਈਵਰ ਨੇ ਮੇਰੀ ਭੈਣ ਨਾਲ ਸ਼ੀਸ਼ਾ ਫਿੱਟ ਕਰ ਲਿਆ ਮੈਨੂੰ ਚੜਿਆ ਗੁੱਸਾ ਮੈਂ ਗਿਰਬਾਨ ਫੜ ਕੇ ਹੇਠਾਂ ਲਾ ਲਿਆ ਮੈਂ ਕਿਹਾ ਤੂੰ ਪਿੱਛੇ ਬਹੁ ਮੈਂ ਆਪ ਚਲਾਉਣਾ ਗੱਲ ਤੇ ਹੋਈ ਨਾ ਸ਼ੀਸ਼ਾ ਚ ਮੈਂ ਆਪ ਵੇਂਦਾ ਰਿਹਾ ਇਹ ਮੈਂ ਕਿਹਾ ਗੈਰਤ ਦਾ ਤਕਾਜ਼ਾ ਆ ਨਹੀਂ ਜੀ ਸਹੂਲਤ ਦੇਣੀ ਚਾਹੀਦੀ ਅਗਲੇ ਨੂੰ ਆਪਣਾ ਹੋਰ ਜੀ ਜੀ ਅਜੇ ਤੇ ਇਹ ਕੰਮ ਕਰਨ ਵਾਲਾ ਹੈ ਨਾ ਲਾਜ਼ਮ ਜੇ ਨੌਕਰ ਰੱਖੇ ਇਹ ਵੀ ਬੜਾ ਕੋਈ ਨਹੀਂ ਮੈਂ ਕੱਢ ਦੇਗਾ ਤੂੰ ਦੱਸ ਕੁਛ ਇੱਕ ਅੱਧੀ ਅੱਖ ਕੀ ਮਾਰ ਲਈ ਤੇ ਬਦਤਮੀਜ਼ ਹੋ ਪੈਸੇ ਕੱਟ ਲਾ ਤਨਖਾਹ ਤੂੰ 26 ਰੁਪਏ ਕਿੰਨੇ 26 ਮੈਂ ਤੇਰੀ ਲੱਤ ਭੰਦਣੀ ਜੋ ਮਰਜ਼ੀ ਕਰ ਮਾਰਕੀਟ ਦਾ ਰੇਟ ਨਾ ਖਰਾਬ ਕਰੀ ਅੱਛਾ ਸਾਹਿਬ ਜੀ ਬਗੈਰਤਾ ਡੈਡੀ ਜੀ ਮੈਂ ਤਾਂ ਨਹੀਂ ਕਮੋਂ ਦੇ ਵਾਦਾ ਕੀਤਾ ਸੀ ਆਹਾ ਵਾਦਾ ਕੀਤਾ ਸੀ ਤੂੰ ਹਾਂ ਡੈਡੀ ਜੀ ਮੈਂ ਗਾਣਾ ਸਿੱਖਣਾ ਚਾਹਨੀ ਆ ਹਾਂ ਭਾਈ ਇੱਕ ਕੁੜੀ ਦੀ ਤਾਂ ਕੋਈ ਗਾਣ ਵਾਲੇ ਅੱਛੇ 뮤직 ਵਾਲੇ ਸਾਥ ਫੋਨ ਕਰਤਾ ਜਨਾਬ ਉਹ ਮਿਊਜ਼ੀਸ਼ੀਅਨ ਆਉਂਦੇ ਹੀ ਹੋਣਗੇ ਕੁੜੀ ਦੀ ਮੈਂ ਕੇਸਰ ਕੱਢਣੀ ਹੈ ਡੈਡੀ ਕੱਢਣੀ ਕੇਸਰ ਤੇਰੀ ਚਲੋ ਮਗਾ ਜੋ ਨਹੀਂ ਕੱਢ ਦੇ ਤੇਰੀ ਕੇਸਰ ਛੱਡਿਆ ਫਤਰਾਨਾ ਨੀ ਮੈਂ ਤੇਰੀ ਛੋਟੀ ਪੈਰ ਨੁਕਸਾਨਾ ਲੈਣਾ
अच्छा जी काम पै गया तेरे नाल थोड़ी देर दा वे मैं बस ਇਹ ਚਾ ਪੋ ਕੀ ਚਾ ਪੋ ਹਾਂ ਹਾਂ ਰੋਜ਼ਾ ਰੱਖ ਕੇ ਉਹ ਕਾਹਨੇ ਟੁਰ ਗਿਆ ਵੀ ਉਹ ਤੇ ਛੇਤੀ ਖੁੱਲਦਾ ਹੈ ਆ ਦੇਖੋ ਸਾਲਾ 25 30 ਖੀਰੇ ਲੈ ਜਾ ਕੇ ਆਪਣੀ ਬੁੱਢੀ ਨੂੰ ਕਹਿੰਦਾ ਤੇਰੇ ਲਈ ਖੀਰੇ ਲੈ ਕੇ ਆਇਆ ਉਹ ਕਹਿੰਦੀ ਤੁਸੀਂ ਕਿਧਰੇ ਚੱਲੇ ਹੋ ਉਹ ਕੰਮ ਪੈ ਗਿਆ ਥੋੜੀ ਦੇਰ ਦਾ ਵੇ ਮੈਂ ਜਿੱਥੋਂ ਚੁੱਪ ਕਰਦਾ ਹੈ खुदकुशी करनी अपनी जनानी कहता पका उन्हें कह जानू धो लीए अगर पानी चुत फी बस कर दे बाद चो टाके लाऊंगा फिरेगा चल छड़ दे गाका ना नहीं लड़ी ना हसदा साला लगदा दरी कठी हो गई ओ तेरे कैसे साइया अर्गे नैन नक्शा हो अपने घर ले आया सुते प्यो की धौन वड़ती मैं कहता सवेरे उठ के लभेगा इन्हें सुते तो प्यो का प्यो ही बढ़ता चल जे तेरे ज़हन च नेकी आई ते आप सीते चलिए कहिंदा नहीं थाने फड़ी उतो छुड़ा दिओ मौलवी साहब छतवी बिल्डिंग ते बैठा है छोटे भरा नूं कहिंदा जा रोटी लैके आ थले गया ते सालन भुल गया ओनूं उत्तों ही कह रिहा आ सालन लई आई आ ओने नहीं सुनिया आ सालन लई आई आ ओने नहीं सुनिया आ सालन लई आई आ ओने नहीं सुनिया दूरबीन फड़ के कहिंदा सालन लई आई आ इधर दस ला किथे होए इने इन्हें एक कुत्ती रखी सी कुत्ती कुत्ती दौड़ गई तिना दिन बाद कुत्ती वापस आके दे पैर चटन दई उन कहंदे परा मार हुन सच्ची होन दई है एदी बच्ची नु बच्चा इन्हें अपनी बुड्ढी नु 40,000 रुपए दा मोबाइल लेके दित्ता अच्छा मोबाइल भी तोड़ता बुड्ढी जी मारती क्यों इन्हें अपनी बुड्ढी ने टेलीफोन किया वो टेप लगी आपकी मतलूब औरत किसी के इस्तेमाल में है
ਅਬੇ ਨੂੰ ਰੋਟੀਆਂ ਪਕਾ ਕੇ ਦੇ ਰਹੀ ਸੀ ਓਏ ਉਸ ਦਿਨ ਤੂੰ ਫੋਨ ਕੀਤਾ ਸੀ ਹੈ ਨਾ ਓਏ ਉਸ ਦਿਨ ਤੂੰ ਫੋਨ ਕੀਤਾ ਸਾਰੀ ਗੱਲ ਸਮਝਾ ਕੇ ਕਰਦਾ ਸਾਰਾ ਜਾਣਾ ਇਧਰ ਤੂੰ ਵੇਖਾ ਇਹੋ ਜਿਹੇ ਡਾਕੂ ਗੁੱਸ ਰਹੇ ਹੁੰਦੇ ਨੰਨਲੇ ਬੰਦੇ ਨੂੰ ਪਸਤੌਲ ਵਹਾਉਂਦੇ ਓਏ ਪਰਸ ਹੈ ਹੀ ਉਹ ਕਹਿੰਦਾ ਨਹੀਂ ਘੜੀ ਹੈ ਹੀ ਉਹ ਕਹਿੰਦਾ ਨਹੀਂ ਜਗ੍ਹਾ ਹੈ ਹੀ चलो रगड़ा ही लगन स्लो मोशन फिल्म देखने चला गया चार डाकुए कुड़ी की इज्जत ना खेलन दे कदी इधर सुट रहे कुड़ी ने कदी कैच कर रहे सीट ते बैठे रोई जाए मैं कहा तेनू की होया कहना साडे घर दी कहानी आ अपने अबे का गया फिल्म देखण उत्थे सरदारी साहब ने कहा किधर आ बगैरता कहना अबा ला गया पुत्रा केड़ी कुड़ी मेरे सिर पाउण डे मालक नूं बुलाओ तारफ कराईए तालब तबले आलिया तेरिया बच्चिया जवान हो गई लै जी यार छोटिया रह गई हाई तेरा और तुहाडा खून आ सिखाओ गाना केड़ा खून जी साडा तुहाडियां बच्चिया आहो नहीं खून ते हले मिक्स होना साडे बाथरूम दा पत्थर चिट्टी दाड़ी की हरकत की थी रोजा रख लिया रोजा बहुत ज्यादा ही लगे चार बजे ना उत्ते नूं वेख के कहिंदा अच्छा भी रोजे अज तो बाद इस मूह नूं तरसेंगा किनिया गल्लां करन दिया तरसेंगा इस मूह नूं आप पठान दे टाल चो रोंदा निकल दिया कहिंदा मैनूं कहिंदे सिर्फ लकड़ा ही पाड़दे आ ओए भाई ओ जवान यार तेरी मेहरबानी टुर गया माही 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 अगे भी टोरो सखर टप गया तुसी क्यों साडे को अपनी मां भैण करवाउणी है प्यार लालो प्यारे प्यार नाल प्यारे सजना प्यार नाल प्यारे
ਦਾ ਕੀ ਗੱਲ ਨਹੀਂ ਸੀ ਇਹ ਜਨਾਬ ਓ ਵਾਹ ਕੀ ਓਏ ਉਹ ਘੜੇ ਨੂੰ ਮਾਰਨ ਲਿਆ ਨੇ ਤੇਰੀ ਭੈਣ ਡਬੋਈ ਆ ਇਹ ਬੜੇ ਨਾਦ ਨੇ ਇੰਜੀਨੀਅਰ ਅਗਲਾ ਫਿਕਰਾ ਅਗਲਾ ਫਿਕਰਾ ਮੈਂ ਤੇਰੀ ਧੌਣ ਚ ਪਾ ਕੇ ਨਾ ਤੈਨੂੰ ਫਾਹ ਲਾ ਕੇ ਨਾ ਓਏ ਕੀ ਨਾਲ ਸਾਨੂੰ ਵੀ ਮਰਵਾਏਗਾ ਤੂੰ ਓਏ पूरा बोल बोल तेरे लाल मलाइया किया अगर टोर यार मार लो साडे को रेहा नहीं जाना खुसा फसाई ना नहीं और जियो शरीफ लड़के मैं कहना भाई जी तुसी अपनी बच्ची नु कलो मिटे नक्शे बच्ची तेरी सहा दे अपना कुड़िए आ गई लाओ बदले हुण ताजी हां अस्सलाम वालेकुम ताजी अस्सलाम वालेकुम ताजी अस्सलाम वालेकुम ताजी तेन लवे मौला उस्ताद ना कहो सानू की कहवावे उस्ताद कहनी ना ते ज़ेहन च अदब आ जांदा है कोई शर्मो हया आ जांदी अच्छा ए सानू गल वारा नहीं खांदी क्यों साडे नाल आया ताकि साडे ज़ेहन च पूंडी आवे कोई साडे ज़ेहन च ठरक पाई आवे इंज सी कराना नहीं सिखा सकदे अच्छा मेरा तारफ करा ए पर अपना ए कौन है वाला कौन ए बड़े बड़े खान साहब ने मामे खां मामे खां अच्छा आजी मैं मामे खां जी ए भैन खां एदी अम्मी दा नाम न्यू खां ओदे अंदर भी 72 बंदे पहले ही 30 35 पीछे भी लमक जाते ओहे बगैरती अंदर भी 72 बंदे पहले 30 35 पीछे भी लमक साले ट्राली ओए मैं कह जी समझ गए ना हां जी खान साहब लेकिन साडे नाल लेने ने मेरा नाम रॉकी रोकी हां ताजी रोकी ते मेरे कुत्ते दा नाम है ते मेनू भी अपना कुत्ता ही समझ ते साले नु कदों शेर कहंदे हां अच्छा गाना सिखना हां जी अच्छा केड़ा गाना सिखना चाहनी है पंजाबी कमर्शियल ओए कोई नु ओ गाना सुना ले केड़ा केड़ा ओ जेड़ा तू हीरा मंडी खलो कहंदे सी गा रहे केड़ा ओ वेखी जाओ साडियां जनानियां दा मुजरा और साला मेरा भरा बने है ओ कौन कहंदा है ते दस मैनू अच्छा चलो गाना मैं तुम्हें सिखाना पंजाबी कमर्शियल हां जी आजकल स्टेज पे चल रहे ने जी जी ओ वाले गाने हां जी ओके अपना खान साहब कुछ ना लाना अर्ज कीता जनाब मेरा ऐसा बटन दबा दे मेरी घंटी खड़के मेरे मगर मगर कहना जो मैं कह रहा जी मेरा ऐसा बटन दबा दे मेरी घंटी खड़के वे कहो उस्ताद जी हां उस्ताद जी हां मेरी तो घंटी नहीं ओ तू सिर्फ गाना ही यार लंब असी आप लेने ਅਸੀਂ ਲੱਭ ਲੈਨੇ ਆ ਅੱਛਾ ਆ ਇਲੈਕਟ੍ਰੀਸ਼ੀਅਨ ਵੀ ਆ ਨਾ ਨਾਲ ਅੱਛਾ ਦਾਜੀ ਆ ਕਿਹੜਾ ਗਾਣਾ ਸਿਖਾਈਏ ਯਾਰ ਯਾਰ ਇਹ ਨਹੀਂ ਗਾਣਾ ਹਾਂ ਅਜੇ ਵਜੇ ਮੈਂ ਕਹੀ ਜਾਵਾਂ ਮੇਰੇ ਨਾਲ ਨਾਲ ਕਹੀ ਜਾਈ ਠੀਕ ਹੈ ਜੀ ਫੌਰ ਲਾ ਜਾਏਗਾ ਗਾਣਾ ਠੀਕ ਹੈ ਜੀ ਕੁੜਤੀ ਜਾ ਗਿੱਲੀ ਗਿੱਲੀ ਕੁੜਤੀ ਗਿੱਲੀ ਗਿੱਲੀ ਲਾ ਜਾ ਵੀ ਗਿੱਲਾ ਗਿੱਲਾ ਲਾ ਜਾ ਵੀ ਗਿੱਲਾ ਗਿੱਲਾ ਪਿੰਡ ਦੇ ਭਰਿਆ ਭਾਈਆ ਪਿੰਡ ਦੇ ਭਰਿਆ ਮਾਈਆ ਹੱਥ ਤੇਰਾ ਢਿੱਲਾ ਢਿੱਲਾ ਹੱਥ ਤੇਰਾ ਢਿੱਲਾ ਢਿੱਲਾ ਬਦਲਾ ਜੋ ਪਾਣੀ ਅੱਜ ਜੋ ਗਿਆ ਮੇਰੇ ਹਿੱਕ ਉਤੇ ਕਤਰਾ ਖਲੋ ਗਿਆ ਅਗੋਂ ਕਹਿ Thank you.
ਅਗੋ ਉਹ ਮੈਂ ਬਬਲੂ ਵਾ ਕੀ ਹੂ ਕਵੇ ਨਹੀਂ 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 ਸਮਝ ਆਉਣੀ ਇਹਨੂੰ ਆ ਨਹੀਂ ਲੈ ਸਮਝ ਆ ਇਧਰ ਆ ਬੱਚੀਏ ਜੀ ਦਾਦੀ ਕਿਸੇ ਦੀ ਏ ਕੀ ਹੋ ਗਿਆ ਜੀ ਹੋ ਰਹੀ ਗਿਆ ਮੈਂ ਕਹਿ ਰਿਹਾ ਵੀ ਗਾਣਾ ਫਿਰ ਉਹਨੂੰ ਇਹਦਾ ਇਹ ਕਿੰਨੀ ਕਮੀਰ ਆ ਵੀ ਕੁੜੀ ਹਾਏ ਜੀ 5 ਲੱਖ ਰੁਪਏ ਦੀ ਜੁੱਤੀ ਪਾਈ ਕਿੰਨੇ ਦੀ 5 ਲੱਖ ਰੁਪਏ ਦੀ ਜੁੱਤੀ ਆਹੋ 5 ਲੱਖ ਦੀ ਜੁੱਤੀ ਆਹੋ ਇਹ ਕੀ ਲੱਥ ਦੀ ਨਹੀਂ ਅੱਛਾ ਮੇਰੇ ਨਾ ਮੇਰੇ ਬੈੱਡਰੂਮ 'ਚ ਨਾ 10 ਲੱਖ ਰੁਪਏ ਦਾ ਪੰਖਾ ਲੱਗਾ ਹੈ ਉਹ ਕੀ ਜੀ ਵਰਦਿਆ ਹੀ ਠੰਡਾ ਕਰ ਦਿੰਦਾ ਗਿੱਟੇ ਨੂੰ ਹੱਥ ਪੈ ਗਿਆ ਤੇ ਬਚ ਗਿਆ ਨਹੀਂ ਤੇ ਨਿਕਲ ਗਏ ਅਸੀਂ ਮੇਰੇ ਤੇ ਗਾਣੇ ਬੜੇ ਮਸ਼ਹੂਰ ਹੋਏ ਉਹ ਵੀ ਗਾਣਾ ਮੇਰਾ ਹੀ ਆ ਭਾਜੀ ਪਤੀ ਸਾ ਮੇਰਾ ਬਾਣਾ ਵੱਜਦਾ ਭਾਜੀ ਇਹ ਮੱਲਿਆ ਤੇ ਚੱਲਦਾ ਆਓ ਬੜਾ ਮਸ਼ਹੂਰ ਹੈ ਪਿੰਡਾਂ ਥਾਵਾਂ 'ਚ ਅੱਛਾ ਆਹੋ ਤੇ ਤੁਸੀਂ ਆਪਣਾ ਤੁਹਾਨੂੰ ਸੁਰ ਲੈ ਦਾ ਪਤਾ ਹਾਂ ਜੀ ਸਾਨੂੰ ਜਿਹੜਾ ਥੋੜਾ ਜਿਹਾ ਨਾ ਆਪਣਾ ਮਾਹੌਲ ਬਣਾ ਕੇ ਵਿਖਾਓ ਅੱਛਾ ਜੀ ਤੇ ਫਿਰ ਤੁਹਾਨੂੰ ਦੱਸਣਾ ਗਾਣਾ ਕਿਵੇਂ ਸਿੱਖਣਾ ਠੀਕ ਹੈ ਉਸਤਾਦ ਜੀ ਨੱਚ ਕੇ ਵਿਖਾਓ ਨੱਚਣੀ ਓਏ ਸਾਲਿਆ ਨੱਚਣੀ ਨਾ ਐਡੀ ਸੋਹਣੀ ਕੁੜੀ ਨੂੰ ਕਹਿੰਦਾ ਨੱਚਣੀ ਚਾਰ ਪੈ ਹੈਗੀ ਆ ਕੇ ਤੁਹਾਨੂੰ ਅਲਣ ਤਮੀਜ਼ ਹੀ ਖੋਲੀ ਨੱਚਣੀ ਨਾ ਇੰਜ ਕਹੀਦਾ ਬੰਦਾ ਆਰਾਮ ਨਾਲ ਕਵੇ ਨੱਚੇ ਆਪ ਮੇਰੀ ਵਾਲੀ ਸ਼ਾਦੀ ਨਹੀਂ ਹੋਈ ਤਾਂ ਬੱਚੀ ਮੈਂ ਸੋਫਾ ਚ ਜੰਮ ਲਈ ਹੈ ਉਹ ਮਾਫ ਕਰਨਾ ਮੈਨੂੰ ਇਹ ਦੱਸਿਆ ਵੀ ਬੱਚੀ ਨੇ ਘੋੜਾ ਸਿੱਖਣਾ ਹੈ ਮੈਂ ਇਸ ਘਰ ਦਾ ਨੌਕਰ ਹਾਂ ਲੱਤਾਂ ਗੁੱਟ ਘੋੜੇ ਦੀਆਂ ਸਾਰੀਆਂ ਗੁੱਟ ਅੱਜ ਤੇਰੀ ਮਾਂ ਨੇ ਗੁੱਟਣੀ ਤੇਰੀਆਂ 6 ਲੱਤਾਂ ਨੇ ਤੂੰ ਪਿੱਛੋਂ ਦਾ ਪੁੱਤ ਰਿਹਾ ਹੈ ਤੈਨੂੰ ਖੋਤੇ ਘੋੜੇ ਦੀ ਪਛਾਣ ਨਹੀਂ ਆ ਆ ਘੋੜਾ ਆ ਖੋਤਾ ਹੈ ਦੂਰ ਕੀ ਹੈ ਨਾ ਓਏ ਖੋਤੇ ਦੀ ਤੂੰ ਤਾਂ ਝੂਠ ਬੋਲਣਾ ਕੀ ਹੋਇਆ ਇਹ ਤਾਂ ਘੋੜੀ ਹੈ ਇਹਦੇ ਪਿੱਛੇ ਕੋਈ ਸੈਂਸੀ ਲਿਬਾਟ ਨਹੀਂ ਓਏ ਘੋੜੇ 'ਚ ਵੀ ਮਿਲਾਵਟ ਕਰਨਾ ਹੈ ਆ ਨਹੀਂ ਆ ਲੈ ਕੇ ਆ ਉਸ ਜਨਾਨੀ ਨੂੰ ਜਨਾਨੀ ਨਹੀਂ ਪਹਿਲੇ ਮੈਂ ਇਸ ਘਰ ਦਾ ਮਾਲਕ ਬੁਲਾਉਣਾ ਜਿਹਦੀ ਬੱਚੀ ਹੈ ਅੱਛਾ 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 ਉਹਨਾਂ ਨੂੰ ਸਾਡੀ ਬੱਚੀ ਲੈ ਘੋੜਾ ਆ ਗਿਆ ਹੈ ਆਓ ਜੀ ਕੋ ਜ਼ਿੰਮੇਦਾਰ ਬੰਦਾ ਆਵੇ ਤੇ ਫੇਰੇ ਨਾ ਕੀ ਹੋਇਆ ਆਓ ਜੀ ਘੋੜਾ ਆ ਗਿਆ ਜੀ ਸਲਾਮ ਅਲੈਕਮ ਜੀ ਸਲਾਮ ਅਲੈਕਮ ਸਲਾਮ ਭਈਆ ਤੁਹਾਡੀ ਬੱਚੀ ਨੂੰ ਬੈਣ ਦਾ ਸ਼ੌਕ ਘੋੜੇ ਤੇ ਨਵੀਂ ਤੋਂ ਨਵੀਂ ਆਈਟਮ ਲਈ ਆਣ ਦੇ ਉਹ ਮੈਂ ਬੜਾ ਪੁਰਾਣਾ ਬੰਦਾ ਜੀ ਜੈਕੀ ਆ ਮੈਂ ਘੋੜਾ ਸਿਖਾਣਾ ਉਹ ਭਾਈ ਜੀ ਘੋੜਾ ਸਿਖਾਣ ਲਈ ਤੁਹਾਨੂੰ ਸੱਦਿਆ ਇੱਥੇ ਬੱਚੀਆਂ ਨੂੰ ਸ਼ੌਕ ਪੈ ਗਿਆ ਘੋੜ ਦੌੜ ਦਾ ਠੀਕ ਹੈ ਨਾ ਠੀਕ ਹੈ ਔਰ ਮੈਂ ਵੀ ਘੋੜੀ ਸਿੱਖਣੀ ਆ ਠੀਕ ਹੈ ਨਾ ਮੈਂ ਬੁੱਢਾ ਬੰਦਾ ਵੀ ਘੋੜੇ ਤੋਂ ਡੇਗ ਪਾ ਸੱਟ ਲੱਗ ਜੇ ਇਹ ਸਿੱਖਣੀ ਪੈ ਗਈ ਹਰ ਬੰਦੇ ਨੂੰ ਘੋੜੀ ਸਹੀ ਗੱਲ ਹੈ ਕਿਉਂਕਿ ਤੇਲ ਜਿੰਨਾ ਮਹਿੰਗਾ ਹੋ ਗਿਆ ਇਹਨਾਂ ਤਾਂ ਫੋੜ ਹੀ ਨਹੀਂ ਕਰ ਸਕਦੇ ਹੁਣ ਆਪਣਾ ਆਪਣਾ ਘੋੜਾ ਲਵੋ ਤਾਂ ਨਿਕਲ ਜਾਓ ਜਿੱਦਾਂ ਮਰਦੀ ਘੋੜਾ ਵੀ ਮੰਗ ਹੈ ਤੂੰ 4 ਪੈਸੇ ਇਕੱਠੇ ਕਰਕੇ ਖੋਤੀ ਲਓ ਉਹਦੇ ਤੇ ਸਫ਼ਰ ਕੀਤਾ ਮੈਂ 2 ਘੰਟੇ ਤੁਹਾਡੀ ਬੱਚੀ ਨੂੰ ਘੋੜੇ ਤੇ ਬਹਿਣਾ ਸਿਖਾ ਦਿਆਂਗਾ ਅੱਛਾ ਜੀ ਇਸ ਗੱਲ ਦਾ ਮੈਂ ਉਸ ਨੂੰ 2000 ਦੇਵਾਂਗਾ ਅੱਛਾ ਉਹ ਭਾਈ ਹੈਲੋ ਅਡਰ ਬਾਈ ਤਮਾਮ ਖਰਾਬ ਹੋਇਆ ਤੂੰ ਨਹੀਂ 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 ਸ਼ਰਮ ਆ ਹੀ ਕੋਈ ਨਹੀਂ ਮੈਂ ਇਸ ਗੱਲ ਦਾ 2000 ਲਵਾਂਗਾ ਹਾਂ ਮੈਂ ਨਾਲ 2000 ਵੀ ਲਵਾਂਗਾ ਚਬੜਾ ਮਾਰਦਾ ਪੇ ਓਏ ਨਾਲ ਕੀ ਮਤਲਬ ਬਈ ਸਿਖਾਵਾਂਗਾ ਤੇ ਘੋੜੇ ਦੇ ਪੈਸੇ ਵੀ ਤੇ ਵਿੱਚ ਪਾਓ ਨਾ ਓਏ ਤੂੰ ਇਹਨਾਂ ਕੋਲੋਂ ਫੀਸ ਲੈਣੀ 2000 ਕਿ ਹੱਥੂ ਦੇਣਾ ਹੈ ਮੈਂ ਦੁਰ ਅੱਜਾ ਇਹਨਾਂ ਓਏ ਪਤਾ ਨਹੀਂ ਉਹ ਕਿਹੜੇ ਇਲਾਕਿਆਂ ਤੋਂ ਟੋਨਾ ਲੈ ਕੇ ਆ ਗਏ ਉਹ ਹਾਂ ਚਾਚਾ ਜੀ ਨਾ ਖਰਾਬ ਦੇ ਲਾਇਆ ਉਹ ਬੱਚੀ ਮੇਰੀ ਗੱਲ ਸੁਣ ਬੱਚੀ ਨੂੰ ਵੀ ਸਿਖਾਣਾ ਅੱਛਾ ਬੱਚੀ ਨੂੰ ਘੋੜੇ ਵਾਲੇ ਭਾਈ ਸਾਹਿਬ ਐ ਘੋੜੇ ਵਾਲੇ ਭਾਈ ਸਾਹਿਬ ਭਾਈ ਘੋੜੇ ਵਾਲਾ ਨਹੀਂ ਹੁੰਦਾ ਇਹ ਮਾਲਕ ਇਹ ਸਿਖਾਵਣ ਆਇਆ ਇਹਨੂੰ ਸਾਹਿਬ ਜੀ ਇਸ ਬੱਚੀ ਨੂੰ ਸ਼ੌਕ ਹੈ ਹਾਂ ਜੀ ਮਾਂ ਨੇ ਇਸ ਨੂੰ ਛੱਡ ਦਿਓ ਮੇਰੇ ਤੇ
घोड़े नु कख भी नहीं समझदी। इंडियन जग बच्ची बैठी डिगे ना मैं ना छड़ दे जदों ये बैठेगी ना इहदे हाथ छुट्टे होणगे। चार दे देंगे लेकिन बच्ची दा कोई लत बाह नहीं टूटनी चाहिए। तुसी बेफिक्र हो जाओ मेरी गारंटी। आ जाओ आ जाओ चलो। अरे इस तरह एकदम घोड़े दे उत्ते नहीं बह जाईदा हुंदा। ਉਹਦੇ ਨਾਲ ਪਹਿਲੇ ਵਾਕਫੀਅਤ ਕਰੀਦੀ ਪਿਆਰ ਪਹਿਲੇ ਐਂ ਐਂ ਕਰੀਦਾ। ਆ ਹੁਣ ਘੋੜਾ ਤੇਰਾ ਜਾਣੂ ਹੋ ਗਿਆ। ਇਹ ਕੀ ਹੈ? ਇਹ ਦੁਲਤੀ ਇਹ ਘੋੜੇ ਦਾ ਛੱਡ ਦਿਓ ਇਸ ਗੱਲ। ਮੈਨੂੰ ਦੱਸੋ ਇਹ ਕੀ ਹੈ? ਕੀ ਹੈ ਦੱਸੋ ਦੱਸੋ। ਉਹ ਕਿਸੇ ਲਈ ਆਰਾਮ ਨਾਲ ਬਹਿ ਕੇ ਗੱਲਾਂ ਕਰਾਂਗੇ। ਚਲੋ ਘੋੜਾ ਸਿਖਾਓ। ਬੈਠੋ ਤੁਸੀਂ। अपना घोड़ा उनके मुंह ते मारी जाते। बेवकूफा सियाने आते ने घोड़ा वो जेड़ा मुंह ते वज्जे। क्या बात जा है ना ओ तो आराम नाल की हो इन इंज पिछो यकदम जोर नहीं पाउणा। ਬੜਾ ਰਿਸਕੀ ਕੰਮ ਹੈ ਵੇਖੋ ਨਾ ਘੋੜੇ ਦੇ ਖਲੋਤਾ ਕਿੱਥੇ ਵੇ। ਹਾਂ ਤੁਸੀਂ ਇੰਜ ਕਰਦੇ ਹੋ। ਇਹ ਘੋੜਾ ਰਕਸ਼ਾ ਨਹੀਂ ਮੋਟਰਸਾਈਕਲ ਤਰ੍ਹਾਂ ਬਹਿ ਰਹੀ ਸੀ। ਇਹਨੂੰ ਤਾਂ ਨਾ ਤੇ ਮਰਨਾ ਹੀ ਆਖੇ ਤੇ ਵੱਜ ਗਿਆ ਤਾਂ ਮੋਰੀ ਹੋ ਜੇ ਸਹੀ। ਕੋਈ ਗੱਲ ਨਾ ਤੇ ਘੋੜੇ ਦਾ ਸਿਰ ਹੀ ਲਾ ਲਿਆ। मजा आ रहा है मैनू तो बड़ा मजा। चलो जिनी तेरी तनखा तेन घोड़ा हजर बीबी जी सिख लो। अच्छा नहीं नहीं घोड़ा मेनू ताकतवर चाहिए। ताकतवर ठीक नहीं जा लुटारा दुकान तो हवा भरा ले घोड़े बहना सिखाना है। अच्छा? मैं 2000 रुपया देवांगा। किंदे आए 2000 रुपया घोड़ा सिखाऊंगी। ओ जड़ी 2000 पल्ले दे रही है ना एक और मंगा ला। चल यार सिखा लू। अच्छा जी अपना तुसी रेडी हो? हां जी मैं फिर जावां।
यार जेडी पहले रेडी है एक और मंगा शुक्र कर तैनू आवन दिता एक और मंगा ला इधर भी सिखा चल नहीं सिख तू भी कहनी है जेड़ा टाइम होवे दूआ ले ही आवे सिख तू अंदर इतना बोधिया गल्ला नहीं करनिया जे मैं घोड़ा चलाना सिख गई ना अच्छा मैं सिखी नहीं ते हाल है हां जी मंगा ला तू डर ना घबरा ना मैं तैनू कुछ नहीं कहंगी चल दूआ भी आ गई चलो बैठो आ बैठो बैठा हैं चलो मुड़ल्ला वारस है आप 2000 भी तो देना है ना डर ना कुछ नहीं हुंदा हां मंगा चलो मुड़ बैठा चलो बैठो जी एकदम नहीं पहले यार बड़ी बेधड़क ही ओहो मेनू नहीं डर लगता घोड़िया को अच्छा जी हां जी 10-15 मंगो मैं क्या जी मेनू नहीं लगता डर किन्ना तू घोड़िया को ते आ फिल्मां च घोड़िया दे अग्गे क्यों भजदी पई हुन्नी है ओ ते बस डाकू मगर मन अच्छा चलो जी बैठो चलो जी बैठो जी बैठा हाथ जरा पक्का पाना पिछो जी हां आहो आ रहे इथे पाना ना इस तो ही हिसाब ला ला जा यार मुसीबत है कि नहीं जी औली ए ना तेरी आंख कटनी है ਬਾਵੇਂ ਇਸ ਤੋਂ ਬਾਅਦ ਮੰਗਾ ਲਾ ਚੱਲ ਆ ਚੱਲ ਚੱਲ ਸਖਾਣੀ ਨਹੀਂ ਗਿਆ ਯਾਰ ਤੂੰ ਇੱਕ ਘੰਟਾ ਹੋ ਗਿਆ ਬੈਠੋ ਜੀ ਅੱਲਾ ਵਾਹ ਅੱਛਾ ਜੀ ਅੱਲਾ ਵਾਹ ਸਰ ਬੈਠੋ ਜੀ ਹਾਂਜੀ ਜੀ ਉਹ ਦੋ ਘੋੜਿਆਂ ਦਾ ਜ਼ੋਰ ਲਾ ਹੁੰਦਾ ਯਾਰ ਬੈਠੋ ਜੀ ਮੋਟਰਸਾਈਕਲ ਨਾ ਸਟਾਰਟ ਕਰੋ ਓ ਮੇਰਾ ਜਨਰੇਟਰ ਸਟਾਰਟ ਹੋ ਜਾ ਜੀ ਜੀ ਇਹ ਤੂੰ ਹੀ ਬਹਿ ਜਾ ਤੂੰ ਅੱਗੇ ਕਦੇ ਵੀ ਨਹੀਂ ਬਹਿ ਜਾ ਹੱਥ ਜ਼ਰਾ ਹੱਥ ਪੱਕਾ ਇੱਕ ਮਿੰਟ ਓ ਇੱਕ ਮਿੰਟ ਓਏ ਓਏ ਇੱਕ ਮਿੰਟ ਇੱਕ ਮਿੰਟ ਆ ਵੇਖੋ ਤਾਂ ਸਹੀ ਇੱਕ ਮਿੰਟ ਓ ਸੱਚਾ ਘੋੜਾ ਤੰਗ ਕਰਨ ਡਿਆ ਨੂੰ बैठो जी चलो जी पक्का हाथ जरा आ मैं बताओ हेलो ए आ भी मैं बताओ किधर गई है दूर दूर ए ओ नहीं जी नहीं बस ओए नहीं ओ सही है मजा आ रहा है मैं जा रहा है घोड़े में भी आ रहे ए जी जोर दी घोड़ा स्थान वास्ते नहीं सी गया नहीं नहीं तुम हौली हौली आ जाएगा मैं हिसाब ला लिया जी हाँ जी कोई ऐसी गल नहीं 2000 रुपये तुसी देने ने हाँ जी हाँ तो 2 घंटे च मैं घोड़ा सिखा दिया चलो आ जाओ मेरे मगर में घर आ जाओ पीछे नहीं मैं आना नहीं नहीं वो ये भी थे अंदर ਓਏ ਸੁਣ ਜਾਣਦੇ ਹੋ ਓਏ ਸਾਡੇ ਪਿੰਡ ਇਹਦੀ ਭੈਣ ਨੂੰ ਇੱਕ ਵਾਰੀ ਡਾਕੂ ਚੁੱਕ ਕੇ ਲੈ ਗਏ ਅੱਛਾ ਤੇ ਮਦਰ ਨਸਿਆ ਮੈਂ ਕਿਹਾ ਬੇਵਕੂਫਾ ਡਾਕੂਆਂ ਦੇ ਪਿੱਛੇ ਖਾਲੀ ਹੱਥ ਨਹੀਂ ਜਾਈਦਾ ਤੇ 5 ਕਿਲੋ ਅੰਬ ਲੈ ਗਿਆ ਆ ਨਹੀਂ ਨਹੀਂ ਇਸ ਵਿਚਾਰੇ ਨਾਲ ਬੜੀ ਜ਼ਲਾਲਤ ਹੋਈ ਅੱਛਾ ਬਸ ਮਾਸੂਮ ਆਦਮੀ ਉਹਨਾਂ ਨੇ ਬਹਿਣ ਵੀ ਨਹੀਂ ਦਿੱਤੀ ਤੇ ਲਿੱਤਰ ਵੀ ਮਾਰੇ ਕਿਉਂ ਸਾਰੇ ਆਂਬ ਖੱਟੇ ਨਿਕਲ ਆਏ ਉਹ ਵਿਚਾਰਾ ਜ਼ਰ ਆ ਨਹੀਂ ਮੈਂ ਵੀ ਚਬਲ ਮਾਰੀ ਹੈ ਯਾਰ ਟ੍ਰੇਨ 'ਚ ਖੋਤਾ ਲੈ ਕੇ ਚੜ ਗਿਆ ਕੀਟੀ ਨੇ ਲਾਤਾ ਲੱਗਾ ਚੱਲ ਖੋਤਾ ਨਹੀਂ ਲੈ ਕੇ ਜਾਣਾ ਤੇ ਖੋਤਾ ਟ੍ਰੇਨ ਦੇ ਪਿੱਛੇ ਬੰਨ ਲਿਆ ਟ੍ਰੇਨ ਚੱਲੀ ਖੋਤਾ ਕਦੀ ਇੱਧਰ ਵਜੇ ਕਦੀ ਉੱਧਰ ਵਜੇ ਇੱਕ ਬੰਦਾ ਕਹਿੰਦਾ ਖੋਤਾ ਮਰ ਜਾਏਗਾ ਕਹਿੰਦਾ ਐਵੇਂ ਮਰ ਜਾਏਗਾ ਉਹ ਤੇ ਅੱਗੇ ਨਿਕਲਣ ਦਾ ਰਾਹ ਲੱਭਣ ਡਿਆ ਤੁਸੀਂ ਪਛਾਣਿਆ ਨਹੀਂ
ਬੜਾ ਮਸ਼ਹੂਰ ਆਦਮੀ ਜੇ। ਅੱਛਾ ਜੀ, ਇਹਨੂੰ ਸੁੱਤੇ ਨੂੰ ਵੇਖੋ ਜੀ, ਇਹਦਾ ਨਾਕੇ ਖਰਾਟੇ ਅਜੀਬ ਲੈਂਦੇ ਜੀ। ਆਮ ਬੰਦਾ ਸੁੱਤਾ ਹੋਵੇ ਤੇ ਕਿਵੇਂ ਖਰਾਟੇ ਲੈਂਦਾ, ਤੇ ਇਹ ਸੁੱਤਾ ਹੋਵੇ ਹੁਣ ਆਮ ਬੰਦਾ ਜਿਸਲੇ ਜ਼ਿਆਦਤੀ ਹੋ ਰਹੀ ਹੋਵੇ। ਸਾਡਾ ਉੱਥੇ ਮੁੰਡਾ ਹੈ ਡਰਾਮਿਆਂ ਚ ਕੰਮ ਕਰਦਾ, ਉਹਨੂੰ ਦੱਸੋ। ਮੈਂ ਤੇਰੀ ਇੱਜ਼ਤ ਇਸ ਵਾਸਤੇ ਕਰਨਾ ਕਿ ਤੂੰ ਤਾਲੀਮ ਯਾਫਤਾ ਆਦਮੀ। ਓ ਯਾ ਆਈ ਐਮ ਐਜੂਕੇਟਡ ਮੈਨ। ਬੜਾ ਪੜਿਆ ਲਿਖਿਆ ਹੈ। ਅੱਛਾ, ਇਸ ਮੈਟਰ ਕੀਤੀ ਮੁਲਤਾਨ ਤੋਂ। ਅੱਛਾ, ਮੁੜ ਐਫਏ ਕੀਤੀ ਕਰਾਚੀ ਤੋਂ। ਅੱਛਾ, ਮੁੜ ਆਲਾ ਤਾਲੀਮ ਹਾਸਲ ਕਰਨ ਵਾਸਤੇ 22 ਸਾਲ ਆਪਣੀ ਨਾਨੀ ਕੋਲ ਰਹਿ ਹੀਰਾ ਮੰਡੀ। ਤੋ ਨਾਜ਼ਰੀਨ, ਕਬ ਤੱਕ ਇਹ ਹੀਰਾ ਮੰਡੀਆਂ ਬਣਤੀ ਰਹੇਗੀ, ਕਬ ਤੱਕ ਔਰਤੋਂ ਕੀ ਇੱਜ਼ਤੇ ਪਾਮਾਲ ਹੋਤੀ ਰਹੇਗੀ। ਕੈਮਰਾਮੈਨ ਸ਼ਹਿਜ਼ਾਦ ਰਫੀਕ ਕੇ ਸਾਥ ਨਸੀਮ ਰਾਜਪੂਤ, ਜੀਓ ਲਾਹੌਰ। ਤੋ ਨਾਜ਼ਰੀਨ, ਮੈਂ ਸਿਆਲਕੋਟ ਕੇ ਉਸ ਮੁਹੱਲੇ ਮੇਂ ਫਿਰ ਰਹਾ ਹੂੰ ਜਹਾਂ ਲੜਕੀ ਕੇ ਸਾਥ ਜ਼ਿਆਦਤੀ ਹੋਈ, ਤੋ ਬਾਤ ਕਰਤੇ ਹੈਂ ਲੜਕੀ ਕੇ ਭਾਈ ਸੇ। ਹਾਂ ਭਾਈ ਜੀ, ਜਬ ਯੇ ਦੁਰਘਟਨਾ ਹੋਈ ਮੈਂ ਉਸ ਵਕਤ ਮੌਕੇ ਪਰ ਮੌਜੂਦ ਨਹੀਂ ਥਾ, ਲਿਹਾਜ਼ਾ ਲੜਕੀ ਕੇ ਅੱਬਾ ਸੇ ਬਾਤ ਕਰਤੇ ਹੈਂ। ਮੈਂ ਆਪਣੀ ਬੱਚੀ ਨੂੰ ਲੱਖ ਵਾਰੀ ਸਮਝਾਇਆ ਵੀ ਇਕੱਲੀ ਨਾ ਨਿਕਲੀ ਘਰ, ਮੈਨੂੰ ਪਤਾ ਕੋਈ ਨਹੀਂ ਸੀ, ਮੈਂ ਘਰ ਕੋਈ ਨਾ, ਕਿਉਂ ਹੋਇਆ ਕੋ ਪੈਸੇ ਦੇਣੇ ਤੇ ਦਿਓ ਨਹੀਂ ਤਾਂ ਜਾਨ ਛੱਡੋ ਮੇਰੀ। ਯੇ ਲੜਕੀ ਕਾ ਵਾਲਦ ਥਾ, ਅਬ ਬਾਤ ਕਰਤੇ ਹੈ ਮੁਹੱਲੇ ਕੇ ਐਸਾ ਜੋ ਜੋ ਜਿਸਨੇ ਲੜਕੀ ਕੇ ਡਾਂਸ ਕਈ ਮਰਤਬਾ ਦੇਖਾ। ਜੀ ਭਾਈ ਜੀ। ਜੀ ਸਰ, ਯੇ ਜ਼ਿਆਦੀ ਮੁਸੇ ਹੋਈ। ਆਪਕੋ ਨਹੀਂ ਯਕੀਨ ਤੋ ਲੜਕੀ ਸੇ ਪੁੱਛ ਲੇ। ਮਰੋ ਮੈਨੂੰ ਕਿਉਂ ਨਹੀਂ ਜਵਾ ਰਹੇ ਹੋ? ਚਲੋ ਜੀ, ਕੋਈ ਥੋ ਇਹ ਕੀ ਹੋ ਰਿਹਾ ਇੱਥੇ? ਤੂੰ ਮੇਰੇ ਘਰ ਵਸ ਹੀ ਨਹੀਂ ਸਕਦੀ। ਕਿਉਂ? ਤੂੰ ਘੋੜਿਆਂ ਦੇ ਮਗਰ ਲੱਗ ਗਈ ਹੈ। ਕਿਸੇ ਦੇ ਘੋੜੇ ਤੇ ਨਹੀਂ ਬੈਜਦਾ। ਮੇਰੀ ਰੋਜ਼ੀ ਰੋਟੀ ਦਾ ਸਿਲਸਿਲਾ ਬਸ। ਆ ਮੈਂ ਕਿਹਾ ਗੱਲ ਸੁਣੋ, ਤੁਸੀਂ ਇਹ ਕਿੱਥੇ ਜਾ ਕੇ ਵੜ ਗਿਆ ਸੈਂ? ਉਹ ਤੈਨੂੰ ਹੋਸ਼ ਆਇਆ ਕਿ ਨਹੀਂ ਹੋਏ? ਥਾਂ ਕਥਾਂ ਤੈਨੂੰ ਪੈ ਗਏ ਨੇ ਚਸਕੇ। ਮੈਂ ਸਮਝਾਇਆ ਜੀ, ਆਂਦਾ ਨਹੀਂ ਬਦਤਮੀਜ਼ੀ ਕਰ ਮੋੜ ਵਾਰਕਤ ਹੈ ਮਜ਼ਾ ਲੈਣਾ ਇੰਜ ਇੰਜ ਬਾਤ ਆਏਗਾ। ਤੁਹਾਨੂੰ ਖੁਸ਼ ਹੁੰਦਾ? ਅਸੀਂ ਤਾਂ ਮਰਨ ਵਾਲੇ ਹੋ ਜਾਂਦੇ। ਇਹ ਤਾਂ ਕਈ ਕਮਜ਼ੋਰ ਹੈਗੀ ਹੈ। ਆ ਯਾਰਾ, ਕੁੜੀਆਂ ਦੀ ਮੈਨੂੰ ਸਮਝ ਨਹੀਂ ਆਉਂਦੀ। ਅੱਛਾ, ਸਾਡਾ ਸ਼ਫਕਾ ਚੀਮਾ ਚੁੱਕ ਕੇ ਲੈ ਜਾਂਦਾ, ਕਹਿੰਦੇ ਪੈਸੇ ਵੀ ਨਹੀਂ ਦਿੰਦੇ। ਇਹ ਤਾਂ ਉਹਨਾਂ ਨੂੰ ਕੁੜੀਆਂ ਨੂੰ ਕੁਝ ਨਹੀਂ ਹੁੰਦਾ, ਕੁੜੀਆਂ ਦੇ ਪਿਓਾਂ ਦੇ ਨੱਕ ਫੀਲੇ ਹੋ ਜਾਂਦੇ। ਅੱਛਾ ਜੀ, ਤੁਸੀਂ ਅਦਬੀ ਕੁੜੀ ਹੋ? ਹਾਂਜੀ। ਇਹ ਨੱਕ ਫੀਲੇ ਕਿਉਂ ਹੋਵੇ? ਬਸ ਸ਼ਾਇਰ ਬੰਦਾ ਸੀ। ਅੱਛਾ, ਓਏ ਹੋਏ ਹੋਏ ਹੋਏ, ਐਸਾ ਐਸਾ ਸ਼ਾਇਰ ਬਈ, ਇੱਕ ਲਾਈਨ ਲਿਖ ਕੇ ਤੇ ਸਾਰੀ ਰਾਤ ਜੋ ਬੈਠੇ ਰਹਿਣਾ। ਮਾਸੂਮ ਨਾਕ ਉੱਥੇ ਜੁੜ ਗਿਆ। ਇਹਦੀ ਵਾਲਦਾ ਵੀ ਬੜੀ ਵੱਡੀ ਸ਼ਾਇਰਾ ਸੀ। ਅੱਛਾ, ਉਹਦੀ ਆਪਣੀ ਕਿਤਾਬ ਸੀ ਮੈਂ ਔਰ ਮੇਰੇ ਤਮਾਸ਼ਬੀਨ। ਇਹਦੀ ਨਾਨੀ ਬੜੀ ਵੱਡੀ ਸ਼ਾਇਰਾ ਸੀ। ਅੱਛਾ ਜੀ, ਉਹਦੀ ਇੱਕ ਕਿਤਾਬ ਹੈ ਮੇਰੇ ਤਮਾਸ਼ਬੀਨ ਔਰ ਕੁਛ ਬਕਾਇਆ ਜਾਤ। ਔਰ ਤੁਸੀਂ ਫਿਰ ਇਹਦੀ ਫੁੱਫੀ ਦੀ ਕਿਤਾਬ ਨਹੀਂ ਪੜ੍ਹੀ? ਨਹੀਂ ਜੀ। ਉਹ ਕਿਤਾਬ ਦਾ ਨਾਂ ਨਹੀਂ ਸੁਣ ਕੀ? ਕਿਚ ਕਿਚ ਪਿਚ ਪਿਚ। ਆਪਣੀ ਮਾਂ ਦੀ ਕਿਤਾਬ ਵੀ ਦੱਸ ਕਿਹੜੀ? ਖਿਚਮ ਧੋਈ।
तेरी अपना छोटी बच्चे की किताब है छेक के रख बच्ची कोई नहीं यार छेक के रख चलो जी शेर सुनाओ कोई मेरा शेर हां जी मैं क्या अरशाद है अरशाद नु छोड़ दवा बे ओ छोड़ यार शेर सुनान देनु सुनाओ जी शेर सुनाओ शेर रक्षे च बैठा रक्षे लगना भाजी किथे जाना ए कहंदा नगदी सेहत ते जाना उने रक्षा मुदा मारदा डर तू शेर सुना भाई मैं अदबी शेर सुनाना जी जवानी दे तेरी परी जवानी वेख के तरस मेनू आंदा है तेरी परी जवानी वेख के तरस मेनू आंदा है हुण वेखो सवेरे उठ के पहले कौन आंदा है तू सुना भाई ए अखीर मेनू ही शेर ठोकना पौना है हां जी ठोको शेर सुनाना चाहिदा है ऐसा कि अगले नु मजा भी आवे ते तकलीफ भी ना होवे जी शेर तू किथो सुनना है ਤੈਨੂੰ ਜੋ ਇੰਨਾ ਪਤਾ ਹੈ ਤੂੰ ਵੀ ਕਿਧਰੋਂ ਸੁਣੀ ਹੋਏਗਾ ਨਾ ਸਾਲਿਆ ਅੱਗ ਸੁਣ ਤਾਂ ਸਹੀ ਬੈਠੀ ਗੈਰਤ ਵਾਲਿਆ ਇਹਦਾ ਨੱਕ ਫੀਨਾ ਤਾਂ ਜੰਮਦਾ ਹੀ ਮੂਤਾ ਸੌਂਦਾ ਹੈ ਓ ਚੱਲ ਸ਼ਾਇਰ ਨੇ ਸ਼ੇਰ ਕੀ ਲਿਖਿਆ ਸੁਣਾ ਸ਼ਾਇਰ ਆਂਦਾ ਹੈ ਕਿ ਐਸ਼ ਇਛਰਾ ਐ ਮਜ਼ੰਗ ਆਹਾ ਕੀ ਸਫਰੀ ਸ਼ੇਰ ਹੈ ਐ ਇਛਰਾ ਐ ਮਜ਼ੰਗ ਤੇਰੇ ਰੰਗ ਰੰਗ ਤੇਰੇ ਰੰਗ ਰੰਗ ਤੇਰੇ ਰੰਗ ਇਹ ਕੋਈ ਸ਼ੇਰ ਨਹੀਂ ਸ਼ੇਰ ਅਰਜ਼ ਕੀਤਾ ਭਾਈ ਜੀ ਅਰਸ਼ਾਦ ਕਿ ਆਪਣਾ ਵਿਸਕੀ ਪੀਓ ਤੇ ਗੱਲਾਂ ਲਾਲ ਕੀ ਬਾਤ ਵਿਸਕੀ ਪੀਓ ਤੇ ਗੱਲਾਂ ਲਾਲ ਚਰਸ ਪੀਓ ਤੇ ਅੱਖਾਂ ਲਾਲ ਫੜੇ ਜਾਓ ਤੇ ਪਿੱਛੋਂ ਲਾਲ ਨਸ ਜਾਓ ਤੇ ਝੂਲੇ ਲਾ ਇਸ ਨਾਲ ਇੱਕ ਸ਼ੇਰ ਮੇਰਾ ਮਾਹੀ ਗਬਰੂ ਫੌਜੀ ਏ ਆਹਾ ਜਵਾਨੀ ਤੇ ਗੁਫ਼ਤਗੂ ਹੋ ਰਹੀ ਏ ਮਾਰੇ ਜਵਾਨੀ ਕਿਹੜੀ ਮੇਰਾ ਮਾਹੀ ਗਬਰੂ ਫੌਜੀ ਏ ਮੈਂ ਛੁੱਟੀਆਂ ਕੋਲੋਂ ਡਰਨੀ ਤਨਖਾਹ ਵਧਾਈ ਜਾਂਦਾ ਮੇਰੀ ਤਨਖਾਹ ਨਹੀਂ ਵਧਾਉਂਦਾ ਮੇਰੇ ਕੰਮ ਵਧਾਈ ਜਾਂਦਾ
तेरा मुंह है तनखा वधन वाला है ओए मेरी तनखा होनी चाहिए है पैसे मेनू मिलना चाहिए मेरा भी दिल करता है मैं किते जाके एंजॉय करा क्यों बाजी ओ तेरी काजी बाजी तेरा उधर गस्मू निकल गया वैसे उंजी तू साडी खिदमत ही नहीं करता ओ जेडी खिदमत कर मेरी मक्की खिदमत ते घुट के मार देवा घुट के मार देवा बस आज तो बाद मैं ड्यूटी ही चेंज करती हां तू मेरे कमरे च नहीं वड़ना ना मेनू सुते उठाड़ा तो क्या मैं तोडे बचपन तो नौकर हां तोडा मैं शरारता करना सुते पैदा मेरा नाला कट के नस गया बगैर ता मैं ना उठण जोगा ना दसण जोगा ए मैं नाल ना होया ते ओंदे नाल फसी है कि मेरे नाल तेना ब्याह कर रहे फसी की मतलब या पेंट की तू ठोकी मेनू ए दस पेंट बंदे पाई हो मुसीबत तू कि मैनू पैसे दें रज के रोटी तो खांदा तू तो घर सह जाना मैनू किसे नहीं ले जाना मैं उत्त सड़क ते खड्डा होवां अच्छा मैं देखो मैं तेरे वास्ते तैयार हो के आई है ना तो कौन मेनू सरप्राइज दे फिर कुछ खाना पीना कुछ खिला दो कुछ हॉट हॉट ओ की बला हुंदी है गरम कुछ सिद्धार्थ तत्ता गरम आ लिया मुंडिया सरिया तत्ता कर लिया अपने वाला के तुहाडे वाला अपने लाया मेरे वाला तो तेरे इस्तेमाल च मेरी गल सुनो इधर गल सुनो प्लीज आ देखो मैं तो शक कर रहा है तुसी मेनू कुछ समझदार लगदे हो तुसी मेरी तेरी सुलह करा दो भाई जान इहनू गोली मार दे भाई जान केड़ा भाई जान ओनू भाई जान के इन्नी भैणा मैं बैंक लुट के आउणी आ ओ दे अगे कोई नहीं भैणा लैंदा पिया ए पोर फटीक जादू तेरी नजर खुशबू तेरी बहन तू हाँ कर या ना कर निदा चौधरी तेरी बहन और लगे पता मेरी बात सुनो मेरे यहाँ से क्या था हमारी सुना के बाद तुम्हें तमीज नहीं बात करनी जा चल जा यहाँ से तुम्हें मैं तलाक देता हूँ हटा अपनी गंदी लाज निकल जा यहाँ से तुम्हें 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 मैं शादी वक्त क्या जब तेरी मेरी शादी हुई मैं तो तुझको क्या कि तेरा बिरा मेरा घर ना आवे और तेनू अपने घर कोई काम नहीं आया है तुम दोनों ही बास्टर्ड हो अच्छा एक किड्डी सोनी जोड़ी 3300 दी बेचनी 3000 तो मेरा ही लाया ही ना फिर पूरा लाहौर भी तो तू भगताना ना साड़िया मैं नाल लाऊंगा नहीं मैं गल सुन हां जानना तेरी भी शादी नहीं हो रही मेरी भी हो रही ਦੋਵੇਂ ਬਿਨਾਂ ਆਪਸ ਵਿੱਚ ਕੋ ਮੈਨੇਜਮੈਂਟ ਨਾ ਕਰ ਲਵੀਏ ਹਾਂ ਕੀ ਆਪਸ
ਚੱਲ ਤੇਰੇ ਅੱਛਾ ਤੇਰੇ ਕੋਲ ਇੰਨੇ ਪੈਸੇ ਹੋਣ ਤੂੰ ਕਿਹਨੂੰ ਦੇਗਾ ਮੈਂ ਕਿਸੇ ਔਰਤ ਨੂੰ ਮਾਂ ਨੂੰ ਵੀ ਨਾ ਲਵਾ ਕੇ ਦੇਈ ਉਹ ਚਾਹ ਚ ਭਿਉਂ ਭਿਉਂ ਕੇ ਕੇਲੇ ਖਾਂਦੀ ਗੈਰਤਾ ਤੂੰ ਕਿਸੇ ਬੰਦੇ ਨੂੰ ਬਹਿਣ ਦਾ ਰਿਸ਼ਤਾ ਦੇਵੇ ਉਹਨੂੰ ਕੀ ਸਦਸੇ ਹੁਣ ਭਈਆ ਤੇ ਮੈਨੂੰ ਕਿਉਂ ਨਹੀਂ ਸੱਦਦਾ फिर ते मैं परचा कराया क्यों तू साडा गटर चुके आना घोड़े मगर लगी मैं घोड़े गया घोड़ा भी चुकया जाए कोई ऐसी गल नहीं घोड़ा चोरी कर लेने तू मेरा काम ही कर यार मैं तेरा काम कर देना लेकिन तेनू भी मेरा एक काम करना होगा चल तेरा कूड़ा मैं सोटा करा सीरियस हो जा लग गई समझ चल सोटा वांगा सीरियस होके गया चला मैं तेरा काम कर देना तेरा की काम है मेरा काम है क्या जो मरासी नहीं है इन्हों घरों बाहर करना मरासिया बिलकुल चल निकल तेनू लवे मौला चौंकियां बनाने वाली मशीने होया तेरी कुड़ी है ताइयां दी आ तेरी कुड़ी ने कुछ नहीं सिखना इन कोई होर चीज सिखा अच्छा तो इस गल जेड़ी गल मैं तुहानू अंदर कही है मेरी गल मान लो जा सो जा भाई मैं हले कल ट्रिप लवाई है फरमाने लाई सुन के चवल जी ना माइया इन्हों छेड़ो तो गुस्सा कर दी जबरदस्ती करो तो दुआवा दिल लग पा वे अल्लाह तेरा भला करे पुत्र दिन ਛੇਤੀ ਨਾਲੇ ਦੱਸ ਦੇ ਤੂੰ ਉਹਨਾਂ ਦਾ ਕੀ ਲੈਣਾ ਏ ਉਹਨਾਂ ਦਾ ਕੀ ਲੈਣਾ ਏ ਜੇ ਤੂੰ ਲੈਣੀ ਟੂਡੀ ਕਾਰ ਲਾ ਲੈ ਸਿਗਰਟ ਤੇ ਬਹਿ ਜਾ ਬਾਹਰ ਹੋਵੇ ਤੱਕ ਦਿਨਾਂ ਦਿਨ ਹੋਵੇ ਓਏ ਸਾਡਾ ਤੱਕ ਦਿਨਾਂ ਦਿਨ ਹੁੰਦੇ ਆ ਵਿੱਚ ਨਾ ਬੋਲੀ ਇਹ ਜਿਹੜਾ ਫਿਨਾ ਏ ਇਹ ਕੋਈ ਆਮ ਏ ਇਹ ਜਿਹੜਾ ਫਿਨਾ ਏ ਇਹ ਕੋਈ ਆਮ ਏ ਜਿਹੜਾ ਇਹਨੂੰ ਪੇਮੈਂਟ ਦੇਵੇ ਉਹਦਾ ਏ ਗੁਲਾਮ ਏ ਜਿਹੜਾ ਇਹਨੂੰ ਪੇਮੈਂਟ ਦੇਵੇ ਉਹਦਾ ਏ ਗੁਲਾਮ ਏ ਅੰਮੀ ਇੱਕ ਤੇ ਅੱਬੇ ਚਾਰ ਘਰ ਆਉਂਦੇ ਵਾਰੋ ਵਾਰ ਹੋਵੇ ਤੱਕ ਜਿਨਾ तेनू मैं कुछ भी न के आए तेन मिले तेनू मैं कुछ भी न के आए अज मच्छी खा लिया देनी मत मैं तेरी मार होए तक दिला दे होए
जा ताक देना देने यार चल चक देना दिन तेरा दे तेरा जो है तो थोड़ा जे लेकिन बाद सड़ से मुद्दा पाए ना मर गया घर वाले के मैं बड़ा मजा लेना वा एदी बुद्धि कोल जदो फस के मैं बैना वा एदी बुद्धि कोल जदो फस के मैं बैना वा अनंतरा अनंतरा ये करता नहीं इतबार पैसे फड़दा है बारो बार तो वे तक दिला दे ਅਸੀਂ ਸੁਤੇ ਪਏ ਜਿਹਨਾਂ ਨੂੰ ਗੱਲ ਕਰਕੇ ਨਿਕਲ ਮੈਂ ਕਿਸੇ ਹੋਰ ਕੰਮ ਨਹੀਂ ਕੋਈ ਕੰਮ ਨਹੀਂ ਇਹੋ ਹੀ ਕੰਮ ਹੈ ਅਸੀਂ ਆ ਮਰਾਸੀ ਅਸੀਂ ਆ ਤੂੰ ਤਾਂ ਹਿੰਦੂ ਹੈ ਲਓ ਜਨਾਬ ਜ਼ਾਦੇ ਮਰਾਸੀਆਂ ਤੇ ਬੜੇ ਅਮੀਰਾ ਜ਼ਾਦੇ ਮਰਾਸੀਆਂ ਤੇ ਬੜੇ ਅਮੀਰਾ ਰਲ ਕੇ ਖਾਨੇ ਆ ਤੇ ਅਸੀਂ ਦੋਵੇਂ ਵੀਰਾ ਰਲ ਕੇ ਖਾਨੇ ਆ ਤੇ ਅਸੀਂ ਦੋਵੇਂ ਵੀਰਾ ਡੜਨ 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 ਸਾਨੂੰ ਲੈ ਜਾ ਆਪਣੀ ਕਾਰ ਪੈਸੇ ਕਰ ਲਈ ਤੂੰ ਉਧਾਰ ਹੋਵੇ ਥੱਕ ਦਿਆ ਹੋਵੇ ਥੱਕ ਦਿਆ मेरी बुढ़ी तेरे बनाया मैं बुढ़ी ते जनानी गर्म मसाला शहर च रौला पै गया मुसल्ली हर कोई मौजा ले बैठ के गल करो जेड़ी भी कर आराम नाल बैठ के गल करो मेरी जनानी ठंडा मसाला फड़ के सिर में बैठ गया गड्डी मेरी डीजल यारो नाल कंजर बैठ बिल्ली ला जा नहीं नहीं बच्चियां नू ना छेड़ कोई आम औरत हो ना सुहाग रात हो कुंडी लाई दी ए बंदा बाहरों ला के दौड़ गया छापा रखे मेरा कड़ाका तो गड्डी आ गया पेट्रोल पंप से गड्डी च तेल पैंदा वेख के खुश हुई जांदा जो जो मैं कहांगा मेरे मगर मर कहना ही ना अंदरों ना बाहरों मैं तो लुट्टी गई विचकारों ये नहीं कहना तू मैं तो दूजा गाना सिखाना तेन मैं भाई नू तू कर दी क्यों ईमानदारी की गल है बी ए वजह तो मैं चौकस हो के सौना पैदा की पता मूह चला पा के ला जाए पापड़ जोड़ के सूट बना लिया मैं कभी सोच भी नहीं सकती था कि तू एहो जी हरकत करेगी दस यार ये कहदी अंदर दी शमीम मारा नहीं मरदी गल कुछ भी नहीं मां मैं कभी सोचिया नहीं
ਭੁੱਖੀਆਂ ਮਰਨਾ ਜੇ ਦੋਵੇਂ ਮਾਵਾਂ ਦੀਆਂ ਹੱਜ ਤੇ ਗਈਆਂ ਅਗਲੀ ਅੱਗੇ ਖਲੋ ਕੇ ਦੁਆ ਕਰਨ ਡੀ ਪਿੱਛੋਂ ਕੀ ਕਹਿਣ ਡੀ ਨੇਕ ਨਾ ਹੋ ਜਾਏ ਕਿਧਰੇ ਨੇਕ ਨਾ ਹੋ ਜਾਈ ਮੈਨੂੰ ਗਾਣਾ ਸਿਖਾ ਦਿਓ ਨਹੀਂ ਇਹ ਨਹੀਂ ਹੋ ਸਕਦਾ ਮੈਂ ਅੰਦਰ ਜਾ ਕੇ ਆਪੇ ਸਿੱਖ ਲੈ ਆਪੇ ਸਿੱਖ ਲੈ ਟੇਪ ਲਾਵਾਂ ਦਾਜੀ ਹਾਂਜੀ ਤੁਸੀਂ ਸ਼ਰਮ ਕਰਿਆ ਕਰੋ ਕਾਦੀ ਸ਼ਰਮ ਅਸੀਂ ਕਾ ਉਸਤਾਦ ਕਾਦੇ ਨੇ ਸ਼ਰਮ ਕਰੀਏ ਤੇ ਚੌਂਕ 'ਚ ਬੈਠਾ ਬੂਟੀ ਰਗੜਾਉਂਦੇ ਮੈਂ ਕਿਹਾ ਦੁਨੀਆ ਚੰਦ ਤੇ ਪਹੁੰਚ ਗਈ ਤੂੰ ਇੱਥੇ ਬੈਠਾ ਕਹਿੰਦਾ ਬਸ ਪੀ ਕੇ ਮੈਂ ਵੀ ਚੱਲਾਂ ਹਮਾਮ ਤੋਂ ਉਸ ਤਰ੍ਹਾਂ ਲਿਆ ਕੇ ਖਰਬੂਜ਼ਾ ਕੱਟਣ ਦੇ ਆ ਟ੍ਰੇਨ 'ਚ ਬੈਠਾ ਤੇ ਰੌਲਾ ਪੈ ਗਿਆ ਸਾਪੇ ਸਾਪੇ ਕਹਿੰਦਾ ਮੈਂ ਫੜਾਂਗਾ ਐਂ ਕਰਕੇ ਸਾਪ ਫੜਿਆ ਨਾਲ ਦਾ ਕਹਿੰਦਾ ਉਹੂ ਘਰ ਦੀ ਛੱਤ ਤੇ ਖਲੋ ਕੇ ਥੱਲੇ ਮੂੰਹ ਕਰਕੇ ਆਪਣੀ ਬੀਵੀ ਨੂੰ ਕਹਿੰਦਾ ਨਸਰੀਨ ਕਿੱਥੇ ਮੈਂ ਉਹ ਕਹਿੰਦੀ ਮੈਂ ਥੱਲੇ ਆ ਕਹਿੰਦਾ ਉੱਤੇ ਕੌਣ ਬਈ ਅੰਨੀ ਦੇ ਆ ਛੱਤ ਤੇ ਤੂੰ ਆਪ ਚੱਤ ਤੇ ਤੂੰ ਆਪ ਐਵੇਂ ਚਲੇ ਦੇਖੇ ਨਾ ਇੰਡੀਆ 'ਚ ਇੱਕ ਮੰਦਿਰ ਹੈ ਜਿੱਥੇ ਬੰਦਾ ਭੈੜੇ ਦੀ ਨਾ ਵੜਿਆ ਗੈਬ ਹੋ ਜਾਂਦਾ ਅਮਿਤਾਬ ਬੱਚਨ ਵੜਿਆ ਗੈਬ ਹੋ ਗਿਆ ਸ਼ਾਹਰੁਖ ਖਾਨ ਵੜਿਆ ਗੈਬ ਹੋ ਗਿਆ ਇਹ ਵੜੀ ਤੇ ਭਗਵਾਨ ਗੈਬ ਹੋ ਗਿਆ ਓਏ ਭਗਵਾਨ ਗੈਬ ਨਹੀਂ ਸੀ ਹੋਇਆ ਹਾਂ ਬਾਕੀ ਭਗਵਾਨਾਂ ਨੂੰ ਲੈਣ ਗਿਆ ਸੀ ਕਿ ਆ ਜਾਓ ਆ ਗਈ ਹੈ ਕਿੱਥੇ ਚੱਲੀਏ ਇੱਧਰ ਤੇ ਵੇਖ ਇੱਧਰ ਆ ਜਾ ਚਵਲ ਜਾ ਦੀ ਕਿਵੇਂ ਪਿਓ ਦੇ ਜਲਾਲ ਤੇ ਖਲੋ ਕੇ ਕਹਿੰਦਾ ਗੱਲ ਸੁਣੋ ਬਈ ਕਿਸੇ ਨੇ ਮੇਰੇ ਪਿਓ ਕੋਲੋਂ ਕੁਛ ਲਾਣਾ ਹੱਥ ਖੜਾ ਕਰ ਲਓ ਉਹ 150 ਬੰਦੇ ਨੇ ਹੱਥ ਖੜਾ ਕਰ ਲਿਆ ਘਬਰਾ ਕੇ ਕਹਿੰਦਾ ਠੀਕ ਆ ਉੱਠ ਕੇ ਕਹਿ ਦੇ ਮੈਂ ਦੇ ਦਿੰਦਾ ਇਹਦਾ ਪਿਓ ਮਰ ਗਿਆ ਲੋਕੀ ਕਵਰ 'ਚ ਪਾ ਕੇ ਉੱਤੋਂ ਮਿੱਟੀ ਪਾ ਲੈਂਗੇ ਕਹਿੰਦਾ ਮਿੱਟੀ ਨਾ ਪਾਓ ਸਾਹ ਦਾ ਮਰੀਜ਼ ਏ ਸਾਰਿਆਂ ਮਰ ਗਿਆ ਤੇ ਮਰੀਜ਼ ਕਹਦਾ ਏ ਇਹ ਬੇਵਕੂਫ ਆਦਮੀ ਇਹਨੇ ਇੱਕ ਬੱਕਰੀ ਰੱਖੀ ਸੀ ਬੱਕਰੀ ਨੇ ਮਿੰਗ ਨਾ ਕੀਤੇ ਤੇ ਪਿਓ ਨਾਲ ਲੜ ਪਿਆ ਕਹਿੰਦਾ ਕੀ ਬੱਕਰੀ ਨੂੰ ਇਹ ਜਿਹੜੇ ਮੋਟੇ ਥਰੂ ਸੁੱਟਣ ਡਈ ਇਹਨੇ ਰੋਜ਼ਾ ਰੱਖ ਲਿਆ ਇਹਨੂੰ ਰੋਜ਼ਾ ਬਹੁਤ ਜ਼ਿਆਦਾ ਲੱਗਾ ਅੱਛਾ ਦੁਪਹਿਰੇ 2 ਵਜੇ ਆਪਣੇ ਨਿੱਕੇ ਭਰਾ ਨੂੰ ਕਹਿੰਦਾ ਜਾ ਵੇਖ ਕੇ ਸੂਰਜ ਡੁੱਬਿਆ ਉਹ ਆਣੇ ਕਹਿੰਦਾ ਭਾਈ ਜਾਨ ਨਹੀਂ ਡੁੱਬਿਆ ਇਹਨੇ 3 ਵਜੇ ਫੇਰ ਭੇਜਿਆ ਕਹਿੰਦਾ ਜਾ ਵੇਖ ਕੇ ਸੂਰਜ ਡੁੱਬਿਆ ਉਹ ਆਣੇ ਕਹਿੰਦਾ ਭਾਈ ਜਾਨ ਨਹੀਂ ਡੁੱਬਿਆ ਕਹਿੰਦਾ ਬਸ ਫਿਰ ਇਹ ਮੈਨੂੰ ਲੈ ਕੇ ਹੀ ਡੁੱਬੇ ਤੇਰੇ ਕੁੱਕੜ ਨੇ ਆਹੋ ਮੈਂ ਕਿਹਾ ਲਾਚਾ ਪਾਟਾ ਪਾਇਆ ਹੀ ਇਹ ਹੋ ਗਿਆ 2 ਵਜੇ ਦੁਪਹਿਰੇ ਇਹ ਕੀ ਹੋ ਗਿਆ ਇਹ ਗੱਲ ਹੋ ਗਈ ਅੱਛਾ ਗੱਲ ਹੋ ਗਈ ਮੈਂ ਕਿਹਾ ਲਾਚੇ ਵਾਲਾ ਕੰਮ ਹੋ ਗਿਆ 2 ਵਜੇ ਰੋਜ਼ਾ ਤੋੜ ਲਿਆ ਚਵਲ ਨੇ ਇਹਨੂੰ ਕੁੱਤੇ ਨੇ ਪੂਛਲ ਵਡਾਈ ਉਹਨੂੰ ਕਹਿੰਦਾ ਅੱਜ ਬੜੀ ਕਟਿੰਗ ਕਰਾਈ ਏ ਉਹ ਕਟਿੰਗ ਪੂਛਲ ਵੱਡੀ ਸੀ ਉਹਦੀ ਤੇ ਨਾ ਬਣਾਉਂਦਾ 2 ਵਜੇ ਰੋਜ਼ਾ ਤੋੜ ਲਿਆ ਇਹਨੂੰ ਕਿਸੇ ਨੇ ਕਿਹਾ ਜਦੋਂ ਹਨੇਰਾ ਹੋ ਗਿਆ ਨਾ ਉਦੋਂ ਰੋਜ਼ਾ ਖੁੱਲਣਾ ਇਹ ਬਗੈਰਤ ਨੂੰ ਬਹੁਤਾ ਹੀ ਲੱਗਣ ਦੇ ਆ ਇਹ ਕਮਰੇ ਦੀਆਂ ਬੱਤੀਆਂ ਬੰਦ ਕਰਕੇ ਖਜੂਰਾਂ ਖਾਣ ਲੱਗ ਪਿਆ ਇਹਨੂੰ ਇਹਨੂੰ ਸਵੇਰੇ ਸੈਰੀ ਲੱਗਿਆ ਵੀ ਅਨਾਊਂਸ ਕਰ ਦੇ ਕਿ ਰੋਜ਼ਾ ਉਠਾ ਸਾਰੇ ਨੂੰ ਇਹਨੇ ਮਾਰ ਖਾ ਲਈ ਉੱਥੋਂ ਕਿਉਂ ਅਨਾਊਂਸਮੈਂਟ ਕੀ ਕਰਨ ਰਿਹਾ ਉੱਠੋ ਮੇਰੀ ਉਹ ਮਾਂ ਭੈਣੋ ਮੈਂ ਵੀ ਤਾਂ ਤੁਹਾਡੇ ਨਾਲ ਹੀ ਸੁੱਤਾ ਸਾਰੀ ਟਾਈਮ ਕਬਰਸਤਾਨ ਜਾ ਕੇ ਪੀਪਾ ਵਜਾਉਂਦੇ ਆ 10 ਮਿੰਟਾਂ ਬਾਅਦ ਕਹਿੰਦਾ ਨਾ ਉੱਠੋ ਆਪੇ ਹੀ 8 ਪੈਰੇ ਰੱਖੋਗੇ ਚਲੋ ਠੀਕ ਹੈ ਯਾਰ ਭੁੱਖ ਲੱਗੀ ਹਾਂ ਭੁੱਖ ਲੱਗੀ ਉਹ ਦੁੱਧ ਪੀਣਾ ਤੂੰ ਨਹੀਂ ਦੁੱਧ ਛੱਡਤਾ ਕਿਉਂ ਦੁੱਧ ਮੈਂ ਪੀਣਾ ਸਿਰਫ ਆਪਣੀਆਂ ਮੱਝਾਂ ਸਾਡੇ ਕੋਲ ਬੜੀਆਂ ਮੱਝਾਂ ਨੇ ਅੱਛਾ ਕੱਲ ਸਾਡੀ ਮੱਝ ਨਾ ਮੇਰੇ ਪਿਓ ਦਾ ਮੋਬਾਈਲ ਖਾ ਗਈ ਫਿਰ ਜਦੋਂ ਦੁੱਧ ਦੇਣਾ ਆਵੇ ਮਿਸ ਕਾਲ ਮਾਰ ਦਿੰਦੀ ਕੈਸਾ ਉਹ ਤੁਹਾਡੀ ਮੱਝ ਹਾਂਜੀ ਉਹਨੂੰ ਸਮਝਾਓ ਯਾਰ ਕਿਉਂ ਉਹ ਕੱਲ ਸਾਡੇ ਸੰਡੇ ਨੂੰ ਕਹਿੰਦੀ 300 ਵਾਲਾ ਕਾਰਡ ਹੀ ਬੀਟ ਕਰਾ ਦੇ ਮੇਰੀ ਅੰਮੀ ਨੂੰ ਇੱਕ ਗੈਰ ਬੰਦਾ ਮਿਲਣ ਲਈ ਆ ਉਤੋਂ ਮੇਰਾ ਆਬਾ ਆ ਗਿਆ ਮੇਰੀ ਅੰਮੀ ਨੇ ਉਸ ਬੰਦੇ ਨੂੰ ਕਿਹਾ ਜਾਨ ਖਿੜਕੀ ਵੱਲੋਂ ਨਿਕਲ ਜਾਓ ਚੱਲ ਮੈਂ ਕਿਆ ਗੱਲ ਸਾਨੂੰ ਬੱਚੀ
सवेरे नाश्ता लाना आंदा है इन्ना चढ़े नु समझा भाई यार इन गाना सुनाने चल आ जा तू अपनी नानी की चाहता ही मैं तेरी मां की तलाशी लेनी मेरा को घोड़ा चोरी करके लाया गया और ए, कीता ही साहब ने चोरी तू आंदी बच्ची कट के लाया जा बदला लाओ घोड़ा नहीं तो फिर मैं अपने मेरा घोड़ा ना लभ्या मैं इस घर जाना नहीं मैं तेन दस देवा मेहनत करना सारा दिन घोड़े दे विच वड़ के नचना कोई आसान तमीज ना कर कर चूई दे मुंह वाला ना होए दे अच्छा मैं चूई हां मैं डबल रोटियां टोक देनी है जिने चूई कड़ीकी च फसदी ना ओदो पता चलदा ओए हुण वो कड़ीकियां ही नहीं रहियां ओ केड़े दौर दी गल करनी मैं ऐसी दौर दी गल कर रही हां मेरी गल सुन इंज ना कर मैं घबरा के जफा पा मेरी गल सुन तू अगर उसनु मेरे नाल सेट करा दे ना तो जिवे आखेंगी कर लांगे अच्छा मैं अपने पिंड जाना मनु पैसे चाहिदे ने पैसे देगा 5000 दा नोट तेनु देवांगा मेरे कोल है अच्छा 20 वाला ओ 5000 वरगा ही हुंदा है अच्छा हां एकदम 5000 नहीं देना मंदा घबरा जान मेरे दो चाचे दे पुत्र 5000 दे नोट पिछे मर गए सा हां ये लो किस तरह ओ एक दा गवाचा ते राम नाल मर गया दुए नु लभया खुशी नाल मर गया बिलकुल यार दुनिया फानी है जवाना अल्लाह माफ करे लोगों नु मरना भुलिया कबर च एड़े एड़े सप होने ने तौबा मैं होने ने तौबा तौबा लोग की जुल्म कर रहे ज्यादतियां कर रहे ने बिलकुल जी बिलकुल तू भी ज्यादती करना छोड़ दे मैं की ज्यादती की थी वड्डे दे भी पांच ले जाना छोटे दे भी पांच ले जाना पता नहीं किड्डा कोई सीरियस मैटर है बस यार लोटे भी दे चुके ही जांदे है पर बड़ी परेशानियां सुने बाकी घोड़ा चोरी हो गया वा हो गया यार चुकिया किसे बगैरत नहीं है तू ते मैं रल के चुकिया मेरा चोर फाद ले कद टप्पे पे मैं समझे रिच इन वेख्या ते बंदा मैं चोर नहीं है
भी चोरी करना है सर, हूं भी तू चोरी करना है। ओए बगदाद च खुले कच्चे सीन आले अंदर चल ओए। मैनू जानू कह नहीं अन्नी तेरे की हो गया तेनू मेरे दादा अबू गवाच गए हैं। तेरे दादा अबू गवाच गए हैं? इस घर दे विच ते कोई दादा अबू नहीं आया। क्यों? एक घोड़ा आया, एक घोड़े आला आया, दो मरासी आए ने, दादा अबू ते आए नहीं। मैं तुम्हारी फुफी से मिलने आया। उम्र कब पैदा हुई? पैदा होकर नहीं है, भैंसों के साथ गई थी, फिर वापस नहीं आई। ठीक कह रहे हो। मैं आप क्या कह रहे हो? ओए बिल्लियां तोल के वेचण वाले आ। ओए तू कहिंदा सा कि इस घर दे विच मेरा गेंद गुआचा, हुण तू कहिंदा फुफी गुआची। ते गेंद ही एक कड़ा बल्ला है। अल्लाह अपने दादे नु तां निकल दो। शट अप। लेकिन इधर आ कदा जान, मेरी गल इक मिनट सुनो ना। संगीता है कौन? संगीता ऐ बम ते होई फीता, तू मेरे नाल की कीता? ओए मैनू अज पता लगा कि तू इहदे चक्कर साज तू रंगो हत्थ फड़ी गई है। आप बकवास कर रहे हैं अबू। खबरदार हो, मैं तेनू इहदे तो आग कीता निकल जाए तो। मैं चलो हम चले। तू आला बमान घर उठते के हम एक कीता संगीता, मैं तेरे ते इत्माद करके ओ कोठा चढ़ा के तेनू इस कोठी च लै गया, तेरे कंध ते पिंड छड़ के तेरिया कुड़िया नू शहर लै गया कि तेरिया कुड़िया आला तालीम हासिल कर लैन। लेकिन तू अपनी कुड़िया नू अज दियां कुड़िया बनाता, हुण हुण तेरा नसीब ओही पिंड है। चल अकेला कट्टो पिंड। मैं नहीं जाना पिंड। क्यों? ओथे केबल नहीं। अच्छा तू ना घबरा, मैं अपनी धुनी ते 18 नंबर लिखा के तेरे अगे फिरी जाऊंगा। हां नहीं मैं नहीं जाना। मैं अगे लग, मैं कहना इनू नाल जाओ, मैनू दे दियो, मैं ठीक करा लांगा इहदी जिहड़ी ट्यूनिंग होण वाली, मैं करा लांगा। ओह किथे ठीक कराणी, तू इहदी अलाइनमेंट खराब कर देणी है। टोर अगे लग। अच्छा पिंड चल। दिल दिया लगियां नु कौन जानदा, मैं जानदी आ मेरा रब जानदा। ओ पिंड दियां बच्चियां नु कौन जानदा, तू जानदी जे तेरा पिंडा जानदा। चलो मैं छड गया। ओ ओ घोड़ा लग भाई। नहीं मैं इधर जा रहा सी। अच्छा होया की है यार? गल सुन। हां ओए तू तो मेरा मसेर भी है। तू मेरा फुफेर है यार, थोड़ी जी हेल्प कर यार। हुकुम कर। आ जेडी तेरी मालकण नहीं है, हां उस नाल मैं सेट होना चाहना। ओ मैनू आंदी है ओनु गुल्लूकार पसंद ने, ते आरफ लवार दे मुंह तकरा दुर दुर। और तू पसाना चाहना? मैं गुल्लूकार नहीं है ना। अच्छा गाना नहीं आंदा? मैं तन तरीका दसना, तू ओनु बुला। अच्छा इत्थे खलोती होएगी, ओ तेनु कह के गाना सुना। मैं पीछे लुकया होसा ते मैं पिछू गाना गावांगा, तू अगू मुंह हलाई, तेरा नाम लगेगा ते तू गा रहा है। सेट हो जाएगी? सेट हो जाएगी। तू इयो ही काम करना? मैं काम एक तरह भला करा तू गा। नहीं मैं समझ आ गई, मैं उसनु आखांगा मैं गुल्लूकार। हां ते जिसले आखे कि गा मैं तैनू आख, मैं तैनू किवें आखांगा? तू मैनू इशारा करी, तू मैनू आखी टूटी चोपी, ते मैं पिछू गाना शुरू कर देता। बिल्कुल ठीक। ए निशानी लाज। मैं क्या की कहना है? ओ मैं तनु जी गाना सुनाना सी। अच्छा हां मैं गुल्लूकार हां। अच्छा मैं पिंड बड़ा गाना गाना है। हां जब पिंड में गाना तो जनान नहीं आंदी नहीं भी आ मुंडा ही बड़ा ही गंदा। मैं डे नाइट गाना, डे नाइट की कहंदिया ने? आंदिया ने भाई मुंडा बड़ा गंदा है। अच्छा चल फिर मैं गाना सुना। मैं धम्मी निमाशी हर वेले, तुसी मुंह औदे करो, मैं शर्म आंदी। गाना गांदे आ? आ मैं पिछू गाना। आ तुसी ओदे मुंह करोगे ते मैं फिर इत्थू पिछू तुहाडे गाना। नहीं 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 मैं मुंह नहीं उधर करना। नहीं मैनूं शर्म आंदी। मैनूं भी आंदी है। हैं मंगा लईए मारे भी। अच्छा चल जल्दी आ, तुसी ओदे मुंह करो फिर। चल ठीक तू टी चुप। ए की कही? ओ चल ना। ओ चलना? ओ मेरे उस्ताद ने। मैं किथे चलना? नहीं नहीं मेरे उस्ताद ने आखिया सी भाई पहले कहना टूटी चोप भाई मुड़ जरा सुर लाए बन जांदी। अच्छा चल ठीक है। हां
ਟੂਟੀ ਚੋਪ ਟੂਟੀ ਚੋਪ ਟੂਟੀ ਚੋਪ ਪਈ ਟੂਟੀ ਚੋਪ हासा भी गाना चलो गाना और गाना चपेड़ क्यों मारिया मैं अपने आप नूं डांटे है अच्छा चल ठीक है आ रही जी 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 ओ तो मुंह करो फोन गाना सुना दे बस ठीक है रोटी चोपई उत्ते एट रख बस बैड़ा दिमाग है ना बजाय गान दे को मशवरा दे रहे गंदा दिमाग ना कर यार ना कर यार हाँ ए गाना सी अच्छा मैं समझ आ गई चुटी चुप मेरे दिल का बहुत दर्द आए जिल मिल लहराए एको का तेरा सत रंगदा ए वड़ा भरा रुपया मंगदा करना किसी होर मैनू ही समझो जदो तेरी तस्वीर कैरा मैं नजारा जदो तेरी तस्वीर पहनता है भूले का मैनू खुसरे बशीर मैं तेनू खुसा नजर आनी हैं नहीं की नौ साल मौत दे खूह च भी काम किया है ना ਫਿਰ ਜ਼ੇਨ ਉੱਥੇ ਫਸਿਆ ਹੋਇਆ ਚੱਲ ਜਾ ਮੈਂ ਨਹੀਂ ਫਸਣਾ ਆ ਨਹੀਂ 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 ਆਖਰੀ ਚਾਂਸ ਮੇਰੀ ਗੱਲ ਸੁਣੋ ਆ ਆਖਰੀ ਚਾਂਸ ਦੇ ਦਿਓ ਬਸ ਆਖਰੀ ਵਾਰੀ ਦੇ ਦਿਓ ਛੱਡ ਦਿਓ ਇਸ ਵਾਰੀ ਹੁਣ ਇੱਕੋ ਵਾਰੀ ਆਖਰੀ ਚਾਂਸ ਦੇਣੀ ਮੈਂ ਬਸ ਠੀਕ ਹੈ ਹੁਣ ਤੂੰ ਕਾਮਯਾਬ ਨਾ ਨਾ ਆਇਆ ਜੀ 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 ਤੇ ਮੈਂ ਹਾਂ ਜੀ ਜੀ ਟੂ ਯੂ ਮੈਂ यार कुत्ते कुत्ती कर दिते अब माफ कर देना हुन नहीं चल जा मैं तेरे पास नहीं मैंने बड़ा नहीं 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 मेरी बात सुनो आज तुझे ना इस तरह ना करो वो कोई पुरानी सीढ़ी फंस गई सी जानवर वाली नहीं वो मैं पुरानी विच एक सीढ़ी त्रै सीढ़ियां होंदी ना अच्छा अच्छा ठीक है हां डॉक्टर आंदे ने एक बंदे त्रै सीढ़ियां होंदी है ओ मेरी तीसरी प्ले हो गई मेरी गल सुनो मैं तेरे उत्ते बैठ नहीं ना तो मैं उठना कोई नहीं हूं अच्छा जी ते मोड़ मेरी बारी यार छाड़ यार चल क्या छाड़ मेरे वॉल्यूम ते कोई बह गया चल सुना गाना तुड़ी जू रोज रोज दूध पिया करो रोज रोज दूध पिया करो नींबू 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 पानी नींबू 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 पानी खाऊंगा नहीं तो बड़ा कैसे होगा आओ साथ खून जूस ले चले मैं उधर ना कोई नहीं फंसना नहीं ये क्यों रहा श्रील इंसान तू तो मेरा यार सी
यार मार निकले तेन पता है मैं उदा इश्क करना है लेकिन तू अपनी मोहब्बत दहानियां छेड़िया ने तू बगैर आते की कह रहे हैं जो लिखे वही कह रहे हैं बकवास की वैसे आज तू मेरिया अखां खोल दित्तियां ने शुक्र कर मैं तेरा खुन्ना नहीं खोलता बाकी मैं बगैरती की मैं क्यों बगैर पैसे तू है बंदे को 10-20 रुपये होने चाहिए तू साइकिल किराए से लेना आया सी 10-20 ये ना समझे मैं तेनू छड़ के जा रहा ओए 7-Up दे हीरो मैं गाना भी सीखांगा ते नाल डांस भी सीखांगा चला फिर तू की चाहनी तू मैं तेना ब्याह कोई नहीं कराना मेरे ना क्यों नहीं तू ब्याह अजय क्यों परेशान हर गल ओही हुंदी है चलो फिर ठीक है मैं परेशान हो जांदे मैनू तो फील हुंदी ना फिर सफेदी करा ला अच्छा देख मेरी गल सुन हां ए मेरा मसला नहीं केड़ा ए पूरी कौम दा मसला है अच्छा बल्कि पूरे मुल्क दा मसला है पूरी दुनिया दा मसला है सुनया जे मुल्क और कौम दी गल है ते हुक्म कर की जांदा धुनी नु थुक लोना को फर्क पैंदा ਗੱਲਾਂ ਹੋ ਜਾਣੀਆਂ ਲੰਮੀਆਂ ਹਾਂ ਇਹਨੂੰ ਨਚਾ ਠੀਕ ਹੈ ਮੈਂ ਸ਼ਹੂਪੁਰੇ ਜਾਣਾ ਬੜੀ ਦੂਰ ਹੈ ਯਾਰ ਜਾਣਾ ਸ਼ਹੂਪੁਰੇ ਨਿਕਲਣਾ ਉੱਤੇ ਦਾ ਠੇਕਾ ਤੂੰ ਲਿਆ ਦੱਸ ਨਚਾ ਦੇ ਚਲੋ ਲਾਜ ਤੇ ਟੋਕਨ ਲਾਈਏ ਲਾਜ ਤੇ ਨਹੀਂ ਦਿੱਤੀ ਤੇ ਹਾਂ ਟੋਕਨ ਲਾਈਏ ਫਿਰ ਤੇਰੇ ਤੇ ਵੀ ਲਾਉਂਦੇ ਚਲੋ ਭਾਈ ਕਿੱਧਰ ਗਿਆ